ਰਾਏ ਬਚਣਾ ਜਿੱਥੇ ਤੇਰਾ ਇਨਾਮ ਹੋਇਆ ਉਹਨਾਂ ਲੋਕਾਂ ਨੇ ਰਾਏ ਨੂੰ ਬਚਾ ਜਿੱਥੇ ਤੇਰਾ ਗਜ਼ਬ ਹੋਇਆ। ਲੱਖਾਂ ਕਰੋੜਾਂ ਦੂਰ ਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਦੇ ਅੰਦਰ। ਦੋਸਤੋ, ਮਹਿਫਲ ਸ਼ੇਰਖਾਨੀ ਅਸਾਂ ਵੇਈ ਸਭ ਦੀ ਸ਼ਾਦੀ ਖਾਨਾ ਆਬਾਦੀ ਦੇ ਸਿਲਸਿਲੇ ਤੁਸੀਂ ਅਸਾਂ ਇਕੱਠੇ ਹੋਏ ਹੋ ਤਾਂ ਕੋਸ਼ਿਸ਼ ਕਰ ਸਕੇ ਜਿਹੜਾ ਟਾਈਮ ਤੁਸਾਂ ਨੇ ਸਮਝੇ ਆ ਅੱਛੀਆਂ ਔਰ ਬਿਆਰੀ ਔਰ ਪੁਖਤਾ ਗੱਲਾਂ ਤੁਸਾਂ ਨੇ ਸਮਝੇ ਕਰੀਏ ਤਾਂ ਆਸਫ ਸਾਹਿਬ ਤੁਸਾਂ ਵੀ ਲੇਟ ਹੋ। ਬਿਸਮਿਲਲਾਹ ਕਰਮ ਸ਼ੇਰਾ ਕੇ ਤੇਰੀ ਸ਼ਾਨ ਬੁਲੰਦ ਹੈ ਸਭ ਨਾਲੋਂ ਬਾਦਸ਼ਾਹ ਦਾ ਤੂੰ ਹੈ ਬਾਦਸ਼ਾਹ ਰੱਬਾ ਇੱਕੋ ਕੁਲ ਪਿਆ ਕੁਲ ਦੇ ਸੰਗ ਦਿੱਤੀ ਦੁਨੀਆਂ ਤੂੰ ਸਾਰੀ ਬਣਾ ਰੱਬਾ ਆਪਣੀ ਮਰਜ਼ੀ ਬਣਾਵੇ ਤਾਂ ਕੀ ਹੈ ਦੌਰ ਮੇਰਾ ਮੰਗਦਾ ਮੈਂ ਤੂੰ ਜਿਹੜੀ ਜਿਹੜੀ ਰਜ਼ਾ ਰੱਬਾ ਆਪਣੇ ਯਾਦ ਸਦਕੇ ਜਮਸ਼ੇਦ ਮੈਨੂੰ ਪਹੁੰਚਦੇ ਮੇਰੇ ਗਨਾ ਰੱਬਾ ਤਾਂ ਹੋਈ ਆਮਦ ਹਜ਼ੂਰ ਦੀ ਜਿਸ ਵੇਲੇ ਉਹ ਬਾਤਲ ਨੱਸਿਆ 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 ਏ ਬਾਤ ਵਿਛਿਆ ਇਬਲੀਸ ਮਰਦੂਦ ਨੇ ਕਰ ਆਦਮ ਅੱਸਿਆ 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 ਏ ਦੂਰ ਦੂਰ ਤੋੜੀ ਬਦਲ ਰਹਿਮਤਾਂ ਦਾ ਹਰ ਜਾਈ ਵਸਿਆ 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 ਏ ਮੇਰੇ ਆਕਾ ਮੁਹੰਮਦ ਨੇ ਸ਼ਾਦ ਜਿਸ ਦਮ ਦੁਖੜਾ ਦੱਸਿਆ 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 ਏ ਜਾਮ ਦੋਰੇ ਖਿਦਾਂ ਦੇ ਦੌਰ ਬੁੱਕੇ ਚੰਗਾ ਤਾਜ਼ਾ ਬਹਾਰਾਂ ਦੀਆਂ ਚੁੱਲ ਗਈਆਂ ਤਾਂ ਬਰਾਏ ਮਿਹਰਬਾਨੀ ਜਨਾਬ ਖਾਨ ਮੁਸ਼ਤਫਾ ਸਾਹਿਬ ਤੁਸੀਂ ਸਟੇਜ ਤੇ ਆ ਰਹੇ ਹੋ ਜਨਾਬ ਖਾਨ ਮੁਸ਼ਤਫਾ ਖਾਨ ਸਾਹਿਬ ਜਨਾਬ ਖਾਨ ਮੁਸ਼ਤਫਾ ਸਾਹਿਬ ਉਹਨਾਂ ਨੇ ਨਾ ਜਨਾਬ ਸਾਡੇ ਭਾਈ ਆਸਮ ਸੱਦੀ ਸਾਹਿਬ ਉਹ ਸਾਡੇ ਭਾਈ ਜਨਾਬ ਰਾਜਾ ਆਦਰ ਸਾਹਿਬ ਪੰਜਾਬ ਪੁਲਿਸ ਨਾਲ ਤਲਕ ਉਹ ਸਾਡੇ ਬਹੁਤ ਅੱਛੇ ਦੇ ਭਾਈ ਸਾਰੇ ਦੋ ਜ਼ਰਾ ਤਾਗੇ ਵਿਜੇ ਸ਼ੁਰੂ ਖਾਨ ਮੁਸ਼ਤਫਾ ਸਾਹਿਬ ਸਾਰੇ ਦੋ ਰਾਤ ਆ ਗਏ ਵਜਾਓ ਜਨਾਬ ਆਸਮ ਸੱਦੀ ਸਾਹਿਬ ਵਾਸਤੇ ਜਨਾਬ ਸਾਡੇ ਮਹਿਮਾਨ ਹੈ ਜਨਾਬ ਸੋਹਿਲ ਸੱਦੀ ਸਾਹਿਬ ਉਹ ਜਨਾਬ ਅਵੈ ਸੱਦੀ ਸਾਹਿਬ ਉਹ ਜਨਾਬ ਰਾਜਾ ਸ਼ਾਹਿਦ ਸਾਹਿਬ ਜਨਾਬ ਤੋਕੀਰ ਭੱਟੀ ਸਾਹਿਬ ਤਾਂ ਇੱਕ ਦੋ ਸ਼ੇਰ ਜਨਾਬ ਜੀ ਨਜ਼ਰ ਕਰ ਸਕ ਉਹ ਸਾਡੇ ਭਾਈ ਹੈ ਜਨਾਬ ਖਿਆਬ ਅਹਿਮਦ ਖਿਆਬ ਸਾਹਿਬ ਤੁਸੀਂ ਬਰਾਏ ਮਿਹਰਬਾਨੀ ਸਟੇਜ 'ਤੇ ਆ ਰਹੇ ਹੋ ਇੱਕ ਦੋ ਸ਼ੇਰ ਜਨਾਬ ਜੀ ਨਜ਼ਰ ਕਰ ਸਕੋ ਬਿਸਮਿਲਲਾਹ
ਬਿਸਮਿਲ੍ਲਾ। ਨਹਮਦੁ ਨਸਲੀ ਅਲਾ ਰਸੂਲਿਲ ਕਰੀਮ ਅਮਾ ਬਾਦ ਅਊਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਤਮਾਮ ਦੋਸਤਾਂ ਅਬਾਬਾਂ ਕੀ ਮੇਰੀ ਤਰਫੋਂ ਅਸਲਾਮੁ ਅਲੈਕੁਮ ਬਾਦ ਸਲਾਮ। ਦੋਸਤੋ ਇਹ ਖੁਸ਼ੀ ਦੀ ਮਹਿਫਲ ਹੈ ਕਿ ਜਿੱਥੇ ਤੁਸਾਂ ਦੱਸੋ ਸਾਰੇ ਇਕੱਠੇ ਹੋਏ ਹਾਂ, ਜਮਸ਼ੇਦ ਜਾਮ ਸਾਹਿਬ ਆਸਮ ਸੱਤੀ ਸਾਹਿਬ ਨਾਲ ਬਹੁਤ ਪਿਆਰ ਅਤੇ ਮਾਪਤਾਈਆਂ ਇਹਨਾਂ ਸਟੇਜ ਉੱਪਰ ਬੁਲਾਇਆ ਅਤੇ ਮੈਂ ਹਾਜ਼ਰ ਹੋਇਆ। ਦੋ ਚਾਰ ਸ਼ੇਰ ਉਸਤਾਦ ਗ੍ਰਾਮੀ ਨੇ ਸ਼ੇਰ ਪੇਸ਼ ਆ ਕਿ ਤੇਰਾ ਫਜ਼ਲ ਅਤੇ ਤੇਰਾ ਕਰਮ ਮੰਗਣਾ ਮੈਂ ਕਦ ਕਹਿਣਾ, ਜੇ ਰੱਬਾ ਇਨਸਾਫ ਕਰ ਦੇ ਸਾਫ਼ ਦਿਲ ਹੋਵੇ ਮੇਰਾ ਪਾਕ ਦਾ ਮਨ ਦਾਗਦਾਰ ਦਾ ਮਨ ਮੇਰਾ ਸਾਫ਼ ਕਰ ਦੇ। ਦੇਖ ਕੇ ਜ਼ਰੂਰਤ ਅਤੇ ਜਜ਼ਬਾ ਪਿਆਰ ਵਾਲਾ ਦੋਵਾਂ ਦੁਸ਼ਮਣਾਂ ਦੇ ਬਰ ਖਿਲਾਫ ਕਰ ਦੇ, ਇਰਜ਼ਮ ਵਾਸਤਾ ਆਕਾ ਦੀ ਅਜਜ਼ੀ ਦਾ ਨਿੱਕੇ ਬੜੇ ਗੁਨਾਹਾਂ ਨੂੰ ਮਾਫ਼ ਕਰ ਦੇ। ਇੱਕ ਦੋ ਸ਼ੇਰ ਕਿ ਤੇਰੀ ਜ਼ਾਤ ਨੂੰ ਸਮਝ ਕੌਣ ਮੌਲਾ, ਕਿਉਂ ਜੇ ਜ਼ਮੀਨ ਅਸਮਾਨ ਨਾ ਤੂੰ ਮਾਲਕ, ਸਿਫਤਾਂ ਜਿਸ ਵਿੱਚ ਮੁਹੰਮਦ ਰਸੂਲ ਦੀ ਆਉਂ ਸੋਹਣੇ ਕੁਰਾਨ ਦਾ ਤੂੰ ਮਾਲਕ, ਧਰਤੀ ਖਾਤਰ ਦੀਨ ਜਿਸ ਧਰਤੀ ਤੇ ਖੂਨ ਡੁਲਿਆ ਉਸ ਕਰਬਲ ਮੈਦਾਨ ਨਾ ਤੂੰ ਮਾਲਕ, ਉੱਚੀ ਆਵਾਜ਼ ਵਿੱਚ ਖਲ ਕੇ ਖਿਆਬ ਕਹਿੰਦਾ ਕਸਮ ਹੈ ਸਾਰੇ ਜਹਾਨ ਨਾ ਤੂੰ ਮਾਲਕ। ਇੱਕ ਦੋ ਸ਼ੇਰ ਨਾਥ ਨੇ ਉਸਤਾਦ ਗ੍ਰਾਮੀ ਨੇ ਸ਼ੇਰ ਪੇਸ਼ਾ ਕਿ ਐਸਾ ਬਦੂ ਕੋਈ ਹੋਵੇ ਮਦੀਨੇ ਅੰਦਰ ਮੇਰੇ ਨਾਲ ਜੋ ਸੌਦਾ ਮੁਕਾ ਲਵੇ, ਦੇਵੇ ਲੇਵੇ ਘਰ ਮੇਰਾ, ਦੇਵੇ ਘਰ ਆਪਣਾ ਮੇਰੇ ਘਰ ਨਾਲ ਘਰ ਵਟਾ ਦੇਵੇ, ਜਾਂ ਫਿਰ ਝੁੱਗੀ ਦੀ ਜਗ੍ਹਾ ਹੀ ਦੇ ਕੇ ਤੇ ਮੇਰਾ ਸਭ ਕੁਝ ਨਾ ਕਰਾ ਲਵੇ, ਜਮੇ ਅਕਾਨ ਇਰਜ਼ਮ ਜਿਹੜਾ ਰੋਕ ਸਕੇ ਕਮਰੇ ਵਾਲਾ ਦੇ ਕੋਲ ਬਣਾ ਲਵੇ। ਰੱਬ ਮੇਰੇ ਹਿਕਮ ਅਬੂਮ ਖਾਤਰ ਦੇਖੋ ਸਾਰੀ ਕਾਇਨਾਤ ਬਣਾ ਦਿੱਤੀ, ਖਾਤਰ ਮਤਲਬ ਪੈਦਾ ਮਹਬੂਬ ਕਰਕੇ ਅਰਸ਼ ਫਰਸ਼ ਤੇ ਰੋਸ਼ਨੀ ਫੈਲਾ ਦਿੱਤੀ, ਅਵਲ ਆਖੋਰ ਦਾ ਮਰਤਬਾ ਆਪ ਦੇ ਕੇ ਵਿੱਚ ਕੁਰਾਨ ਨੇ ਗੱਲ ਫਰਮਾ ਦਿੱਤੀ, ਸਭ ਨਬੀਆਂ ਦਾ ਮਿੰਬਰ ਖਿਆਬ ਚੁਣ ਕੇ ਸ਼ਾਨ ਆਲਾ ਤਾਰਫਾ ਖੁਦਾ ਦਿੱਤੀ। ਇੱਕ ਸ਼ੇਰ ਮਾੜੇ ਦੋਸਤ ਉੱਠਦੀ ਸੱਚੀਆਂ ਤੋਂ ਆਏ ਦੇ ਜਿਹੜੇ ਪਾੜਾਂ ਨੇ ਰਾਹੁਣਾ ਇੱਕ ਚੈਨਲ ਚਲਾ ਰਹੇ ਅੱਜ ਕੱਲ੍ਹ, ਉਹਨਾਂ ਦੀ ਨਜ਼ਰ ਸੋਹਣੀ ਧਰਤੀ ਇਸ ਜਨਾਂ ਜਗੀਰ ਅੰਦਰ ਆਉਂਦੀ ਖਿਜ਼ਾਨ ਨਹੀਂ ਰਹਿੰਦੇ ਬਹਾਰਾਂ ਦੇ ਰੰਗ, ਰੰਗਾ ਰੰਗ ਜਾਂ ਚਮਨ ਵਿੱਚ ਫੁੱਲ ਖਿੜਦੇ ਵੱਖਰੇ ਆਉਂਦੇ ਫਿਰ ਇਹਨਾਂ ਗੁਲਜ਼ਾਰਾਂ ਦੇ ਰੰਗ, ਰਿਮ ਛਿਮੀ ਫਿਰ ਜਦੋਂ ਇਹ ਬਰਸਦਾ ਏ ਚਿੱਟੇ ਚਿੱਟੇ ਫਿਰ ਆਉਂਦੇ ਅਬਸ਼ਾਰਾਂ ਦੇ ਰੰਗ, ਤੈਨੂੰ ਸ਼ੱਕ ਜੇ ਹੋਵੇ ਖਿਆਬ ਆ ਕੇ ਤੂੰ ਵੀ ਤੱਕ ਲੈ ਸਾੜੇ ਪਹਾੜਾਂ ਦੇ ਰੰਗ, ਵਾ ਮਾਲਾ ਹੀ ਨਹੀਂ ਰਹਿਣ ਵਾਲਾ ਤੇ ਕੁਝ ਕਫਲ ਵਿੱਚ ਉਹ ਸੰਘਾਰ ਲੰਘਦਾ, ਵੇਖਦਾ ਰੋਜ਼ ਬੇਬਸੀ ਸਿਆਦ ਸਾਡੀ, ਖੁਸ਼ ਹੋ ਰਬ ਦਾ ਖਲਕੋ ਦਾ ਨਾਲ ਸੁੱਖੋ ਤੁੱਖੋ ਨਾਲ ਹੈ ਦੁਨੀਆ ਆਬਾਦ ਸਾਡੀ, ਚਾਲੇ ਨਿਰਾਲੇ ਗਰਦਸ਼ ਫਲਕ ਵਾਲੇ ਕਹਿੰਦੀ ਜਿਸਮ ਦਾ ਰੂਹ ਅਰਦਾਸ ਸਾਡੀ, ਨਾਮ ਇਸ਼ਕ ਦਿੱਤਾ ਉੱਪਰ ਸਾ ਜਾਮ ਕੌਣ ਸੁਣਸੀ ਆ ਅਰਦਾਸ ਸਾਡੀ, ਤਾਂ ਤਿਸਨੇ ਲੱਭਦੀਆਂ ਵੇਖ ਲਾਚਾਰੀਆਂ ਨੂੰ ਉਹ ਕੀਤਾ ਸਾਕੀ ਦੀਵਾਨੇ ਆ ਫੁੱਟ ਪੀ ਕੇ, ਜਾ ਜਾ ਦਸ ਜਰੂਰ ਦੀ ਸੈਰ ਕਰ ਲੈ ਸਿਰੂ ਅਕਲ ਨਾ ਮਰੂਦ ਨੂੰ ਸੁੱਟ ਪੀ ਕੇ, ਪਰਵਾਜ ਪਰਵਾਜ ਨਸੀਬੋ ਵੀ
ਲਾਲੇ ਮੋਜ ਭਾਰ ਦੀ ਲੁੱਟ ਪੀ ਕੇ ਬਹਿਸ਼ਤ ਵਿੱਚ ਨਾ ਉਤਰੇ ਖਮਾਰ ਤੇਰਾ ਮੇਰੇ ਜਾਂ ਬਲੇ ਬਰੇਸ ਦੀ ਗੁੱਟ ਪੀ ਗਈ। ਆਖਰੀ ਸ਼ੇਰ ਅਦਰ ਸਾਹਿਬ ਸ਼ਮਾ ਵਾਂਗ ਜਲਾ ਕੇ ਸੀ ਜਗਾਲੀ ਦਬੇ ਵਰਗ ਤੱਕ ਰਹਿਸੀ ਇੰਤਜ਼ਾਰ ਤੇਰੀ ਤੇਰੀ ਦੀਤੇ ਦੀਤੇ ਵੋ ਤਲਾਸ਼ ਰਹਿਸੋ ਰਹਿਸੀ ਲੱਭਾਂ ਤੇ ਬਸ ਗੁਫਤਾਰ ਤੇਰੀ ਦੂਰੇ ਖਿਜ਼ਾ ਯਾ ਭਾਵੇਂ ਬਾਹਰ ਹੋਵੇ ਰਹਿਸੀ ਯਾਦ ਤਾਜ਼ਾ ਵੇ ਸਤਮ ਗਾਰ ਤੇਰੀ ਦੇ ਦੇ ਦੀਦਾ ਸਦਕਾ ਉਹ ਜਾਮ ਆਖੇ ਵੋ ਲਜ਼ਾ ਤੱਕ ਰਹਿਸੀ ਦਾਬੇਦਾਰ ਤੇਰੀ ਲਜ਼ਾ ਤੱਕ ਰਹਿਸੀ ਦਾਬੇਦਾਰ ਤੇਰੀ। ਬਿਸਮਿਲਾ ਜੀ ਖਾਨ ਜੀ ਆਊਜ਼ੁ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਸਾਰੀਆਂ ਤਾਰੀਫਾਂ ਅੱਲਾਹ ਰੱਬੁਲ ਇੱਜ਼ਤ ਦੇ ਨਾਂ ਜਿਹੜਾ ਕਾਇਨਾਤ ਨੂੰ ਪਾਲਣ ਵਾਲਾ ਜਿਹੜਾ ਬੜਾ ਮਿਹਰਬਾਨ ਨਿਹਾਇਤ ਰਹਿਮ ਕਰਨ ਅੱਲਾਹ ਜਿਹੜਾ ਕਿਆਮਤ ਦੇ ਦਿਨਾਂ ਕੱਲਾ ਮਾਲੋ ਕਾਸਾ ਸਾਰੀ ਉਸਨੇ ਇਬਾਦਤ ਕਰਨੀ ਔਰ ਉਸ ਕੋਲੋਂ ਮਦਦ ਮੰਗਣੀ ਔਰ ਦੁਆ ਕਰਨੀ ਅੱਲਾਹ ਸਾਂ ਸਾਰਿਆਂ ਦੀ ਸਿੱਧੀ ਰਾਹ ਨਸੀਬ ਫਰਮਾ। ਇਲਾਹੀ ਅਸਾਂ ਕੀ ਉਹਨਾਂ ਲੋਕਾਂ ਦੀ ਰਾਹ ਨਸੀਬ ਫਰਮਾ ਜਿਹਨਾਂ ਲੋਕਾਂ ਪਰ ਤੇਰਾ ਇਨਾਮ ਹੋਇਆ। ਇਲਾਹੀ ਉਹਨਾਂ ਲੋਕਾਂ ਦੀ ਰਾਹ ਤੂੰ ਅਸਾਂ ਕੀ ਬਚਾ ਜਿਹਨਾਂ ਲੋਕਾਂ ਪਰ ਤੇਰਾ ਗਜ਼ਬ ਹੋਇਆ ਔਰ ਜਿਹਨਾਂ ਲੋਕਾਂ ਕੋਲੋਂ ਰਾਹ ਗੁੰਮ ਹੋ ਗਿਆ। ਸਾਰੇ ਦੋਸਤ ਆਪੋ ਆਮੀਨ। ਮੌਜੂਦ ਦੋਸਤੋ ਮੇਰੀ ਤਰਫੋਂ ਆਸਮ ਸੱਤੀ ਸਾਹਿਬ ਦੀ ਤਰਫੋਂ ਸਾਰੇ ਜੁਮਲਾ ਬਾਬ ਜਿਤਨੇ ਥੇ ਸਾਰੇ ਤਕਣੇ ਸੁਣਨੇ ਵਾਲਿਆਂ ਦੋਸਤਾਂ ਕੀ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤ। ਸਲਾਮ ਤੋਂ ਬਾਅਦ ਇੱਕ ਦਫ਼ਾ ਬਾਰਗਾਹ ਰਸਾਲਤ ਮਾਬ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਨੇ ਅੰਦਰ ਦੁਰੂਦ ਪਾਕ ਨਾਲ ਤੋਹਫ਼ਾ ਸਾਰੇ ਦੋਸਤ ਪੇਸ਼ ਕਰੋ। ਅੱਲਾਹੁਮ ਸੱਲੀ ਅਲਾ ਮੁਹੰਮਦ ਨਬੀ ਵਾਲੇ ਵਸੱਲਮ ਤਸਲੀਮਾ। ਭਾਈ ਨਬਰਾਮ ਦੁੱਲਾ ਮੀਆਂ ਰਾਜਾ ਅਸਾਮ ਵੇਦ ਸਾਹਿਬ ਨੇ ਸ਼ਾਦੀ ਖਾਨਾ ਆਬਾਦੀ ਨੇ ਸਿਲਸਿਲੇ ਜਾਰੀ ਪ੍ਰੋਗਰਾਮ ਨਾਲ ਖੁਦ ਹੋਇਆ। ਅਸਾਂ ਕੀ ਤੁਸਾਂ ਕੀ ਕੁਦਰਤ ਮਿਲ ਪੈਣ ਦਾ ਮੌਕਾ ਦਿੱਤਾ ਦਵਾਏ ਅੱਲਾ ਪਾਕ ਇਹਨਾਂ ਘਰ ਰਹਿ ਲਿਆ ਕਿ ਖੁਸ਼ੀਆਂ ਨਸੀਬ ਫਰਮਾਏ। ਅੱਲਾ ਦੋ ਖਾਨਦਾਨਾਂ ਕੀ ਆਪਸੀ ਇਤਿਹਾਦ ਔਰ ਇਤਫਾਕ ਦੇ ਔਰ ਅੱਲਾ ਗਲਤ ਫਹਿਮੀਆਂ ਤੋਂ ਦੂਰ ਰੱਖੇ ਸਾਰੇ ਦੋਸਤਾਂ ਹੋ ਆਮੀਨ। ਭਾਈ ਨੇ ਬਰਾਮ ਰਾਜਾ ਮੁਹੰਮਦ ਫਾਰੂਕ ਸਾਹਿਬ ਮੁਹੰਮਦ ਅਨਵਾਰ ਸਾਹਿਬ ਮੋਹਸਨ ਅਬਾਸੀ ਸਾਹਿਬ ਕਮਰ ਨਵਾਜ਼ ਸਾਹਿਬ ਰਾਜਾ ਕੈਸਰ ਸਾਹਿਬ ਦਿਲਫਰਾਜ਼ ਸੱਤੀ ਸਾਹਿਬ ਰਾਜਾ ਮੁਹੰਮਦ ਸਊਦ ਸਾਹਿਬ ਮੈਂ ਮਨ ਜਾਨਿਬ ਜੁਮਲਾ ਮਿਨ ਜਾਨਿਬ ਪੁਲਿਸ ਰਾਜਾ ਔਰੰਗਜ਼ੇਬ ਸਾਹਿਬ ਸ਼ਾਹਜ਼ੇਬ ਅਬਾਸੀ ਸਾਹਿਬ ਬਸ਼ਰ ਅਬਾਸ ਸਾਹਿਬ ਰਾਜਾ ਦਾਨਿਸ਼ ਸਾਹਿਬ ਚੌਧਰੀ ਬਾਬਰ ਸਾਹਿਬ ਨੋਮਾਨ ਉਰਫ ਨੌਮੀ ਸਾਹਿਬ ਰਾਜਾ ਵਿਜਾਦ ਸਾਹਿਬ ਔਰ ਰਾਜਾ ਆਦਿਲ ਸਾਹਿਬ ਪੰਜਾਬ ਪੁਲਿਸ ਅਤੇ ਨਮਰਦਾਰ ਅਜ਼ਰ ਸਾਹਿਬ ਤਸ਼ਰੀਫ ਫਰਮਾਏ ਖੁਸ਼ ਅਬਦੀਦ ਜ਼ੇਰੇ ਸਰਪ੍ਰਸਤੀ ਮੁਹੰਮਦ ਵੀਦ ਸਾਹਿਬ ਰਾਜਾ ਉਸਾਮ ਸਾਹਿਬ ਰਾਜਾ ਫੈਜ਼ਾਨ ਸਾਹਿਬ ਸ਼ਮਸ ਅਯਾਦ ਸਾਹਿਬ ਸੁਹੇਲ ਸੱਤੀ ਸਾਹਿਬ ਅਵੈਸ ਸੱਤੀ ਸਾਹਿਬ ਰਾਜਾ ਕਮਰ ਨਵਾਜ਼ ਸਾਹਿਬ ਕਮਰਾਨ ਮਹਿਮੂਦ ਵਸੀਮ ਸੱਤੀ ਸਾਹਿਬ ਰਾਜਾ ਸ਼ਕੀਲ ਸਾਹਿਬ ਇੰਤਜ਼ਾਮੀਆ ਵਲੀਦ ਸੱਤੀ ਸਾਹਿਬ ਸੁਹੇਲ ਸੱਤੀ ਸਾਹਿਬ ਮੌਸਮ ਸੱਤੀ ਸਾਹਿਬ ਰਾਜਾ ਗਫਰਾਨ ਸਾਹਿਬ ਬਸ਼ਰ ਯਾਦ ਸਾਹਿਬ ਅਕੀਲ ਸੱਤੀ ਸਾਹਿਬ ਜ਼ਾਕਰ ਸਾਹਿਬ ਜ਼ਾਕਰ ਸੱਤੀ ਸਾਹਿਬ ਰਾਜਾ ਔਰੰਗਜ਼ੇਬ ਸਾਹਿਬ ਰਾਜਾ ਫਰਹਾਨ ਸਾਹਿਬ ਰਾਜਾ ਆਰਿਸ ਸਾਹਿਬ ਅਸਮ ਸੱਤੀ ਸਾਹਿਬ ਸਲੀਮ ਸੱਤੀ ਸਾਹਿਬ ਵਸੀਮ ਸੱਤੀ ਸਾਹਿਬ ਸ਼ਾਹਜ਼ੇਬ ਅਬਾਸ ਸਾਹਿਬ ਬਸ਼ਰ ਅਬਾਸ ਸਾਹਿਬ ਆਸਮ ਸੱਤੀ ਸਾਹਿਬ ਔਰ ਵਾਰਿਸ ਮਹਿਮੂਦ ਸਾਹਿਬ। ਦੋਸਤੋ ਤੁਸਾਂ ਅਸਾਂ ਕੀ ਯਾਦ ਕੀਤਾ ਆਸਮ ਸੁਣੀ ਖਿਦਮਤ ਵਿੱਚ ਹਾਜ਼ਰ ਹੋਈ ਹਾਂ। ਆਸਮ ਸੱਤੀ ਸਾਹਿਬ ਪ੍ਰਾਇ ਬੜੇ ਅੱਲਾ ਪਾਕ ਜ਼ਿੰਦਗੀ ਸਿਹਤ ਬਖਸ਼ਣ ਅੱਛੇ ਗਾਇਕ ਵੀ ਅੱਛੇ ਇਨਸਾਨ ਵੀ ਹੈ ਅਤੇ ਆਪਣੇ ਸਾਰਿਆਂ ਦੋਸਤਾਂ ਨਾਲ ਇਹ ਹੀ ਦਰਖਾਸਤ ਕਰਨੇ ਹਾਂ ਕਿ ਆਸਮ ਸੱਤੀ ਵਾਲਾ ਭਰਾ ਨਿੱਕਾ ਅਤੇ ਸਵੈਪੋਸ਼ ਬੰਦਾ ਆ ਹਮਦਰਦ ਬੰਦਾ ਆ ਇਸ ਨਾਲ ਇਹਦਾ ਖਸੂਸੀ ਖਿਆਲ ਕਰਿਆ ਇਹ ਸਾਰੇ ਅਸਾਂ ਜੇ ਕੁਝ ਗਾਣਾ ਸਾ ਪੜ੍ਹਨਾ ਸਾ ਜੋ ਕਰਨਾ ਸਾ ਅਸਾਂ ਕਰੀ ਰਹੇ ਹਾਂ। ਹੁਣ ਇਹਨਾਂ ਅੱਗੇ ਮੌਕਾ ਇਹਨਾਂ ਨੇ ਆਇਆ ਕੁਦਰਤ ਇਹਨਾਂ ਕੀ ਮੌਕਾ ਦਿੱਤਾ ਅੱਲਾ ਪਾਕ ਇਹਨਾਂ ਕੀ ਮਜ਼ੀਦ ਫਨ ਵਿੱਚ ਤਰੱਕੀ ਅਤਾ ਫਰਮਾਏ।
ਤੋ ਖਸੂਸੀ ਖਿਆਲ ਰੱਖਿਆ ਜੀ। ਇੱਕ ਦਫ਼ਾ ਸਾਰੇ ਪ੍ਰਾਰਲੀ ਮਿਲੀ ਸੋਹਣੇ ਮਹਿਬੂਬ ਨਾਲ ਕਲਮਾ ਸ਼ਰੀਫ ਯਾਦ ਕਰੋ ਤਾਂ ਕਿ ਮੈਂ ਅਗਲੇ ਪਾਕ ਨਾਲ ਆਗਾਜ਼ ਕਰੀਏ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ। ਅਤੀਕ ਪੱਟੀ ਸਾਹਿਬ ਮੈਂ ਫਰੀ ਤਸ਼ਰੀਫ ਫਰਮਾਏ, ਰਾਜਾ ਸ਼ਹਿਦ ਸਾਹਿਬ ਜੀ, ਨੰਬਰਦਾਰ ਗੁਲਤਾਰਫ ਸਾਹਿਬ ਜੀ, ਤਾਰਫ ਸਾਹਿਬ ਖੁਸ਼ ਹਮਦੀਦ ਆਪਣੇ ਨਾਲ ਹੀ ਮੈਨੂੰ ਜਿਤਨੇ ਸੰਗੀ ਖੁਸ਼ ਕਰਾਂ। ਬਿਸਮਿਲ੍ਲਾ ਜੀ
ਚੱਲ ਗਈਆਂ ਚੱਲ ਗਈਆਂ।
ਗੁਰੂ ਸਰਕਾਰ ਨੇ ਫਰਮਾਇਆ ਸਾ ਕਿ ਦੁਨੀਆ ਮਾਸ਼ੂਕ ਹੈ, ਬੰਦਾ ਇਸਨਾ ਆਸ਼ਿਕ ਹੈ। ਦੁਨੀਆ ਮਾਸ਼ੂਕ ਹੈ, ਬੰਦਾ ਇਸਨਾ ਆਸ਼ਿਕ ਹੈ, ਔਰ ਕੋਈ ਆਸ਼ਿਕ ਆਪਣਾ ਮਹਿਬੂਬ ਮਾਸ਼ੂਕ ਕਿਸੇ ਦੀ ਰਾਜ਼ੀ ਖੁਸ਼ੀ ਨਹੀਂ ਦੇਣਾ। ਔਰ ਇਸ ਦੁਨੀਆ ਵਿੱਚ ਹੈ ਤਕਰੀਬਨ ਦੁਨੀਆ ਵਿੱਚ ਸਭ ਸੋਚਿਆ ਨਾ ਕਤਲ ਆਦਮ ਅਲੈਹਿ ਸਲਾਮ ਨਾ ਬੱਚਾ ਹੋਇਆ ਜਿਸ ਕੀ ਸਕੇ ਪ੍ਰਭੂ ਕਤਲ ਕਰੀ ਜੋੜਿਆ। ਇਸੇ ਦੁਨੀਆ ਨੇ ਜਾਉ ਜਲਾਲ ਵਾਸਤੇ ਇਸ ਕੀ ਸੀਟ ਕੀ ਹਾਸਲ ਕਰਨ ਵਾਸਤੇ ਯੂਸਫ ਅਲੈਹਿ ਸਲਾਮ ਨੇ, ਭਰਾ ਨੇ ਯੂਸਫ ਅਲੈਹਿ ਸਲਾਮ ਨੂੰ ਕੂਚ ਛੱਡ ਦਿੱਤਾ। ਇਹ ਦੁਨੀਆ ਦੀ ਮੁਹੱਬਤ ਐਸੀ ਚੀਜ਼ ਹੈ ਕਿ ਇਨਸਾਨ ਜਿਸ ਨੇ ਇਸਨੇ ਵੀ ਚੱਲਣਾ, ਦਿਲ ਐਸੀ ਚੀਜ਼ ਹੈ ਇਸਨੇ ਵੀ ਇੱਕ ਮੁਹੱਬਤ ਰਹੀ ਸਕਣੀ, ਅੱਲਾ ਨਹੀਂ ਆ ਮਖਲੂਕ ਨੇ, ਦੁਨੀਆ ਦੀ ਮੁਹੱਬਤ ਹੀ ਅੱਲਾ ਨਹੀਂ ਇੱਕ ਮੁਹੱਬਤ ਰਹੀ ਸਕਣੀ। ਤੋ ਜਿਸਨੇ ਇੱਕ ਮੁਹੱਬਤ ਵਸਣੀ ਤਾਂ ਦੂਸਰੀ ਕੂਚ ਕਰੀ ਗੱਠਣੀ, ਹੱਕ ਅੱਛਾ ਤੇ ਬਾਤਲ ਚਲਾ ਗੱਠਣਾ, ਬਾਤਲ ਅੱਛਾ ਤੇ ਹੱਕ ਚਲਾ ਗੱਠਣਾ। ਲਜ਼ਤ ਬਖਸ਼ੇ ਐਦੀ ਰੁਲਾਈ ਰੱਖਦੀ ਮੇਰੇ ਮੌਲਾ, ਲਜ਼ਤ ਬਖਸ਼ੇ ਐਦੀ ਰੁਲਾਈ ਰੱਖਦੀ ਇਹਦੇ ਪਿਆਰ ਵਿੱਚ ਉਹ ਯਾ ਅੰਦਾ ਮੈਨੀ ਪਟਵਾਰੀਆਂ ਤੇ ਮੁਨਸ਼ੀਆਂ ਆਖਿਆ ਕਰਦਾ ਇਹ ਜਾ ਅਸਾਂ ਸਿਮਰ ਕਬਜ਼ਾ ਕਰੀ ਨਾ ਬੇਵਾ ਇੱਕ ਔਰਤ ਹੈ, ਕਰੋੜ ਰੁਪਈਏ ਦੀ ਵਿਕਣੀ, 10-20 ਲੱਖ ਉਸਕੀ ਚਾਹੀਦੀ ਸਾ, ਬਾਕੀ ਖਾਸਾਂ ਪਾਣੀ ਉਸਕੀ ਖਾਣੇ ਤੋਂ ਬਾਅਦ ਖਾਣ ਨੂੰ ਇਤਬਾਹ ਪਾਣੀ ਵੀ ਨਹੀਂ ਸਾ ਢੱਲਾ। ਹੁਣ ਪੱਥਰ ਤਾਂ ਖਾਣਾ ਕਿ ਘਰ ਗਿਆ, ਬੇਵਾ ਕੋਲੋਂ ਮਾਫ਼ੀ ਮੰਗੀ, ਯਤੀਮਾਂ ਕੋਲੋਂ ਮਾਫ਼ੀ ਮੰਗੀ, ਤੇ ਕੋਲ ਜਿਤਨਾ ਮਾਲ ਮੁਤਾਖਿਆ ਸਾ ਸਾਰਾ ਉਹਨਾਂ ਕੀ ਦਿੱਤਾ, ਮੌਤ ਨੇ ਕਰੀਬ ਸਾ ਤੇਰਾ ਬੋਲ ਛੋੜਿਆ। ਸਰਕਾਰ ਆਖਣੀ ਇਸ ਦੇ ਪਾਣ ਦੀ ਉੱਤੇ ਸ਼ਰੀਰ ਅੰਦਰ, ਇਹਦੇ ਪਾਣ ਦੇ ਉੱਤੇ ਸ਼ਰੀਰ ਅੰਦਰ ਕੀਤਾ ਜਾਏ ਨਾ ਜਾਏ ਹਰ ਤੰਦਾ ਮੈਂ ਵੀ ਇਨਸਾਨੀ ਹੈ ਜੁਰਮ ਤਾਂ
ਵਾਲ ਚਾਰ ਨਾ ਗਈ ਸਾਰੀ ਕਾਇਨਾਤ ਕੀ ਗੰਦਾ ਕੀਤਾ ਤੇ ਅੱਲਾਹ ਤਬਾਰਕ ਵਤਾਲਾ ਦੀ ਬਾਰਗਾਹ ਵਿੱਚ ਜਿਸ ਵੇਲੇ ਇਨਸਾਨ ਕਹਿਣਾ ਕਿ ਮਾੜੇ ਕੋਲ ਗੁਨਾਹ ਸਰਜ਼ਾ ਹੋਇਆ ਅੱਲਾਹ ਮੈਂ ਉਸਦੀ ਮਾਫ਼ ਕਰੀ ਹੋਇਆ
तो राजा अतर साहब जोरदार अदर साहब और राजा मोहम्मद फारूक साहब मोहम्मद अनवर साहब मोहसन अब्बासी साहब कमर कुमार साहब राजा कैसर साहब सिरफरा सती साहब राजा सऊद साहब और असम मलिक साहब दूल्हा मियां ने नगर शेर लिखे खेड विच बेड़ा कर देन गंदा लिखे खेड विच बेड़ा कर देन गंदा ओ बटे ओ चौकंद मुड़ साफ कर दे निके सो कसूरी कसूर कर दे ओ बटे ओ बटे तेरे माफ कर दे ਜ਼ਰੂਰਤ ਜਾਣੀ ਕੀਆਂ ਨੂੰ ਗੱਡੀਆਂ ਕਰਾਂ ਤਾਂ ਮੁੜ ਮੁੜ ਤਵਾਫ ਕਰ ਦੇ ਹਾਜੀ ਖਲੀਲ ਹਸਨ ਸਾਹਿਬ ਸਰਕਾਰ ਨਾਲ ਜਨਾਬ ਨੇ ਫਰਮਾਇਆ ਹੈ
ਅਸਤਗਫਾਰ ਗਫਾਰ ਲਖਵਾਰ ਤੋਬਾ ਅਸਤਗਫਾਰ ਗਫਾਰ ਲਖਵਾਰ ਤੋਬਾ ਖਲਤਾ ਤੇਰੀ ਨਰਦਾਵੇ ਸਵਾਲੀ ਵੱਲ ਤੱਕ ਤੁਹਾਡੇ ਤੋਂ ਮਹਿਮਾਨ ਸੁਹੇਲ ਸੱਤੀ ਸਾਹਿਬ ਪਰਵੈਸ ਸੱਤੀ ਸਾਹਿਬ ਤਸ਼ਰੀਫ ਫਰਮਾ ਹੋਏ।
ਜਨਾਬ ਦੀ ਖੁਸ਼ ਆਮਦੀ ਦਾ ਹੜਿਆ ਜਨਾਬ ਇੰਚਾਰਜ ਪੁਲਿਸ ਚੌਕੀ ਕਰੋੜ ਤੋਂ ਸਾਡੇ ਆਫਿਸਰ ਆਏ, ਅਸਾਂ ਉਹਨਾਂ ਦੀ ਖੁਸ਼ ਆਮਦੀ ਦਾ ਆਖਣੇ ਹਾਂ, ਨਾਲ ਜਿਹੜੇ ਵੀ ਉਹਨਾਂ ਨੇ ਲਾਣੇ ਗ੍ਰਾਮੀ ਦੇ ਸਾਰਿਆਂ ਦੋਸਤਾਂ ਦੀ ਖੁਸ਼ ਆਮਦੀ ਦਾ, ਰਾਜਾ ਔਰੰਗਜ਼ੇਬ ਸਾਹਿਬ, ਸ਼ਾਹਜ਼ੇਬ ਅਬਾਸੀ ਸਾਹਿਬ, ਬਸ਼ਰ ਅਬਾਸੀ ਸਾਹਿਬ, ਰਾਜਾ ਦਾਨਿਸ਼ ਸਾਹਿਬ, ਚੌਧਰੀ ਬਾਬਰ ਸਾਹਿਬ, ਮਮਾਨ ਉਫਨੌਮੀ ਸਾਹਿਬ, ਰਾਜਾ ਬਜਾਜ ਸਾਹਿਬ, ਰਾਜਾ ਆਦਰ ਸਾਹਿਬ, ਇਹਨਾਂ ਦੋਸਤਾਂ ਦੀ, ਰਾਜਾ ਸੌਦ ਸਾਹਿਬ, ਤੁਸੀਂ ਖੁਸ਼ੀ ਨਜ਼ਰ ਯਾਦ ਰੱਖਿਆ ਹੈ। ਪਹਿਲੀਆਂ ਕੌਮਾਂ ਜਿਹੜੀਆਂ ਅਸੀਂ ਹੀਕ ਹੀਕ ਜੁਰਮ ਕੀਤਾ ਨੇ, ਅੱਲਾ ਉਹਨਾਂ ਪਰ ਅਜ਼ਾਬ ਨਾਜ਼ਰ ਕੀਤਾ। ਅਸਾਂ ਸਾਰੇ ਜੁਰਮ ਕਰਨ ਵਾਲੇ ਕਣਕ ਸਾਰੇ ਸਦਕਾ ਬਚੇ ਆ। ਇਹ ਜਿਹੜੇ ਬਾਲ ਗਾਈ ਮੰਜੀ ਤੇ ਬੱਕਰੀਆਂ ਹੀ ਆ ਨਾ, ਇਹਨਾਂ ਕੀ ਅਸਾਂ ਜਾਨਵਰ ਆਖਣੇ ਆ, ਯਾਨੀ ਬੇਸ਼ੌਰੀ ਮਖਲੂਕ ਜਾਨਵਰ ਉਸ ਕੀ ਅਸਾਂ ਆਖਣੇ ਆ, ਜਿਹੜਾ ਸਮਝਣਾ ਨਾ ਵੈ ਆਖਣੇ ਫਲਾਣਾ ਕੋਈ ਬੜਾ ਯਾਰਾ ਜਾਨਵਰ ਆ। ਰਾਤੀ 12 ਵਜੇ ਆ ਕਦੇ ਮੰਜੀ ਹੇਠ ਦੂਆ ਕੱਟਾ ਛੋੜੋ, ਉਸਕੀ ਪਤਾ ਲਈ ਰਹਿਣਾ, ਬੋਲੀ ਨਹੀਂ ਸਿਰ ਸਕਣੀ ਸਮਝਣੀ ਸਭ ਕੁਝ ਹੀ। 12 ਵਜੇ ਕਦੇ ਦੂਆ ਕੱਟਾ ਛੋੜੋ, ਉਸਕੀ ਪਤਾ ਹੋਣਾ ਇਹ ਮਾੜਾ ਨਹੀਂ ਤੇ ਲੱਤਾਂ ਮਾਰਨੀ। ਬੱਕਰੀ ਤੇ ਮਾਸੂਮ ਜਾਨਵਰ ਆ, ਅਸਾਂ ਪਾਕਿਸਤਾਨੀਆਂ ਹਰ ਜਿਹੜਾ ਮਰਜ਼ੀ ਆ ਸ਼ਿਕਾਰ ਕਰੀਏ। ਨਾ ਧੀਆਂ ਮਹਫੂਜ਼, ਨਾ ਧੀਆਂ ਮਹਫੂਜ਼ ਤੇ ਨਾ ਪੁੱਤਰ ਮਹਫੂਜ਼, ਬੱਚੇ ਨੇ ਡਾਕੂ ਚਾਹੀ ਖੜੇ, ਕਦਾ ਪੱਕੇ ਨੇ ਡਾਕੂ ਚਾਹੀ ਖੜੇ। ਫੋਰਸਾਂ ਸਾਰੀਆਂ ਗਈਆਂ, ਫਿਰ ਵੀ ਅਸਾਂ ਕਿਆ ਗੈਰ ਮਹਫੂਜ਼ ਹੋਏ, ਪਾਕਿਸਤਾਨ ਇੱਕ ਸ਼ਿਕਾਰ ਗਾਇਆ। ਜਿਸ ਨਾਲ ਦਿਲ ਕਰਿਆ ਆਫੀਆ ਸਦੀਕੀ ਕੀ ਚਾਹੀ ਖੜੋ, ਭਾਵੇਂ ਮੁਮਤਾਜ਼ ਕਾਦਰੀ ਕਤਲ ਕਰੀ ਖੜੋ, ਹੁਣ ਪੁੱਛਣਾ ਹੈ ਲਹਿਰ ਹੈ ਜਿਸ ਦੀ ਸੁੱਤੀ ਹੈ ਮਾਂਝ ਸਹਿਣੀ ਹੈ। ਤੋ ਮੇਰੇ ਦੋਸਤੋ, ਜਿਸ ਕੀ ਅਸਾਂ ਜਾਨਵਰ ਆਖਦੇ ਹਾਂ, ਦੁੱਧ ਖਾਲਸ ਦੇਣੀ ਆ ਪਾਣੀ ਬਜਦਾ, ਦੱਸੋ ਦੁੱਧ ਖਾਲਸ ਦੇਣੀ ਆ ਪਾਣੀ ਬਜਦਾ ਗਾਂ ਮਾਂਝ, ਤਾਂ ਜਿਹੜਾ ਵੇਚਣਾ ਉਹ ਆਪਾਂ ਕੀ ਅਸ਼ਰਫੁਲ ਮਖਲੂਕਾਤ ਸਮਝਣਾ। ਆਹ ਜਿਹੜੇ ਖਾਲਸ ਦੇਣੀ ਉਹ ਜਾਨਵਰ ਦਾ ਜਿਹੜਾ ਪਾਣੀ ਬਜਦਾ ਦੇਣਾ ਲੋਕਾਂ 'ਚ, ਗਾਈ ਮੰਜੀ ਨਾਲ ਮਿਕਸ ਕਰੀਦਾ ਵੀ ਆਪਣੇ ਅੱਲਾ ਦੀ ਕਸਮ ਖਾਲਸ ਆ। ਇਸ ਮੁਲਖੇ ਜੀਆਂ ਸਾ ਆਜ਼ਾਦ ਨਾ ਛੱਡ ਕੇ ਕਹਿ ਵੈ, ਲੇਕਿਨ ਪੁੱਛਣੇ ਆ ਮੈਂ ਕਿਸ ਦੇ ਸਦਕੇ ਕਦੇ ਸੋਚੀ ਆਈ, ਰਾਜਾ ਆਦਮ ਕਿਸ ਦੇ ਸਦਕੇ ਕਦੇ ਸੋਚੀ ਆਈ, ਕਿਤਨਾ ਬੜਾ ਰਾਜਾ ਕੋਈ ਡਰ ਨਹੀਂ, ਮਹਿਮਾਨ ਹੈ ਇਮਰਾਨ ਅਫਰੀਦੀ ਸਾਹਿਬ।
ਇੰਚਾਰਜ ਪੁਲਿਸ ਚੌਕੀ ਕੋਲ ਰਫਾਈ ਮੋਹੀ ਅਬਾਸੀ ਸਾਹਿਬ ਹੋਰ ਜ਼ਹਿਰ ਜ਼ਾਰੀ ਸਾਹਿਬ ਹੋਰ ਜਿਹੜੇ ਦੋਸਤ ਆਏ ਉਹਨਾਂ ਵੀ ਵੈਲਕਮ ਆਖਦੇ ਹਾਂ। ਬੜਾ ਜਸ਼ਨ ਪੇਸ਼ ਹੈ ਪਿੱਛੇ ਸਰਦਾਰੀਆਂ ਜਾਂ ਨਾਜ਼ਰ ਸਾਹਿਬ ਸਰਕਾਰ ਨਾਲ ਇਲਾਵਾ ਕਿਹਾ ਕਿ ਸਜਣਾ ਅਜ਼ਮਤਾਂ ਛਾਏ ਪੁਣੈਂਦੀਆਂ ਅਜ਼ਮਤਾਂ ਛਾਏ ਪੁਣੈਂਦੀਆਂ ਮਿਲਦੇ ਨਾਸ਼ਾਨੇ ਬਿਆਨ ਦੇ ਲਈ ਇੰਤਜ਼ਾਰ ਕਰਿਆ ਤੇ ਉਹ ਸੋਚਿਆ ਕੁੜਾ ਉਹ ਪਰ ਤੱਕਾ ਤੇ ਮੈਨੂੰ ਦੱਸੋ ਦੋੜੀ ਦੇ ਖੁੱਡਾ ਚ ਬੜਿਆ ਬਿੱਲੀ ਗਈ ਬੜਾ ਬੇਈਮਾਨ ਹੈ ਆਖਣਾ ਸੀ ਸੁੱਖਾਂ ਖਾਸਾਂ ਉਸਦਾ ਵਾਅਦਾ ਕੀਤਾ ਸੀ ਖਾਣ ਜਾਓ ਸਾਹਿਬ ਉਸਦਾ ਮੈਂ ਨਸ਼ੇ ਚ ਜਾਓ ਉੱਪਰ ਬੈਠੇ ਜ਼ੁਲਮ ਪੇ ਕਰਨੀ ਉਹ ਮਜ਼ਲੂਮਾਂ ਦਾ ਗਰੀਬਾਂ ਨਾਲ ਤਾਂ ਗਰੀਬ ਮਜ਼ਲੂਮ ਇਕੱਠੇ ਹੋਈ ਗਏ ਤਾਂ ਬੜਿਆਂ ਬੜਿਆਂ ਫਿਰਾਉਣਾ ਕਿ ਨਾ ਪੈਰਾ ਤਾੜੀ ਤੱਕ ਇਜਾਜ਼ ਅਹਿਮਦ ਸਾਹਿਬ ਮਰਹੂਮ ਕਰੋੜ ਸੁਰਬਾ ਅੱਲਾ ਉਹਨਾਂ ਨੇ ਦਰਜਾਤ ਬੁਲੰਦ ਫਰਮਾਇਆ ਜਨਾਬ ਨਜ਼ਰ ਕਰਨੀ ਆ ਰਾਜਾ ਦਾਨਿਸ਼ ਸਾਹਿਬ ਪੰਜਾਬ ਪੁਲਿਸ ਜਨਾਬ ਸ਼ਾਜ਼ੇਬ ਅਬਾਸੀ ਸਾਹਿਬ ਪੰਜਾਬ ਪੁਲਿਸ ਰਾਜਾ ਜਾਵੇਦ ਸਾਹਿਬ ਪੰਜਾਬ ਪੁਲਿਸ ਮੁਬੱਸ਼ਰ ਅਬਾਸੀ ਸਾਹਿਬ ਪੰਜਾਬ ਪੁਲਿਸ ਅਤੇ ਕੀ ਕਹਿੰਦੇ
ਜੁਨੇਬ ਜੇਦੀ ਸਾਹਿਬ, ਹੈਦਰ ਅਬਾਸੀ ਸਾਹਿਬ ਨਾਲ, ਸਨੀ ਅਬਾਸੀ ਸਾਹਿਬ, ਕਲੀ ਅਬਾਸੀ ਸਾਹਿਬ, ਅਹਿਮਦ ਅਬਾਸੀ ਸਾਹਿਬ, ਵਜਾਦ ਰਾਜਾ ਸਾਹਿਬ, ਪੰਜਾਬ ਪੁਲਿਸ, ਸ਼ਾਹ ਅਬਾਸੀ ਸਾਹਿਬ, ਇਹਨਾਂ ਸਾਰਿਆਂ ਦੋਸਤਾਂ ਦੀ ਨਜ਼ਰ ਕਿਸ ਦੇ ਸਦਕੇ ਵਿੱਚ ਪੀਣ ਨੂੰ ਮਿਲੇ ਪਾਣੀ, ਕਿਸ ਦੇ ਸਦਕੇ ਵਿੱਚ ਪੀਣ ਨੂੰ ਮਿਲੇ ਪਾਣੀ, ਕਿਸ ਦੇ ਸਦਕੇ ਵਿੱਚ ਦਿਲ ਅਨਾਜ ਰਿਹਾ, ਓ ਨਬੀ ਨਬੀਆਂ ਦਾ ਕਾਮਲ ਬਾਰ ਹੱਕ, ਓ ਸਰਦੀ ਖਤਮੇ ਨਬੂਵਤ ਦਾ ਤਾਜ ਰਿਹਾ, ਸਲੀਮ ਮੌਲਾ ਉਹ ਰਾਖੀ ਅਸਾਂ ਗੁਨਾਹਗਾਰਾਂ ਦੀ ਲਾਜ ਸਾਡੇ ਗੁਰੂ ਦੋਸਤ ਗੁਰਫਲੰਦ ਸ਼੍ਰੀ ਫਰਮਾਏ ਰਾਜਾ ਓਵੈਸ ਸਾਹਿਬ ਗੱਡੀ ਨੰਬਰ 205, ਰਾਜਾ ਬਾਸਤ ਸਾਹਿਬ ਟ੍ਰਿਪਲ ਲਾਈਨ ਗਰੁੱਪ, ਖਿਆਮ ਅਬਾਸੀ ਟ੍ਰਿਪਲ ਲਾਈਨ ਗਰੁੱਪ, ਰਾਜਾ ਆਸਮ ਟ੍ਰਿਪਲ ਲਾਈਨ ਗਰੁੱਪ, ਰਾਜਾ ਨਵੀਦ, ਰਾਜਾ ਸਮੀ ਟ੍ਰਿਪਲ ਲਾਈਨ ਗਰੁੱਪ, ਰਾਜਾ ਕਾਸ਼ਿਫ ਟ੍ਰਿਪਲ ਲਾਈਨ ਗਰੁੱਪ, ਟ੍ਰਿਪਲ ਲਾਈਨ ਗਰੁੱਪ ਦੇ ਤਰਫੋਂ ਇਹ ਦੋਸਤਾਂ ਦੀ ਚਾਲ ਫਰਮਾਇਸ਼ ਹੈ। ਤੋਂ ਬੜਾ ਅੱਛਾ ਸ਼ੇਰ ਪੇਸ਼ ਹੋਇਆ ਕੋਈ ਮੇਰੇ ਖਿਆਲ ਦੀ ਨਹੀਂ, ਸਾਲਾ ਤਿੰਨ ਜ਼ਮਾਨੇ ਦੇ ਪਹੁੰਚ ਸਕੇ ਖਾ ਕੇ ਪਾ ਤੱਕ ਤੇਰੇ ਵਾਲਾ ਦੀ ਨਹੀਂ, ਜੇ ਤੂੰ ਸਿਰਾ ਪਾਸ ਖਾਤ ਪੈਗੰਬਰਾਂ ਦੀ, ਤੂੰ ਸਿਰਾ ਪਾਸ ਸਿਫਾਤ ਪੈਗੰਬਰਾਂ ਦੀ,
ਕੋਈ ਕਮੀ ਤੇਰੇ ਖਸਾਰ ਦੀ ਨਹੀਂ ਦੋਸਤ ਆਏ ਥਾਣਾ ਮਰੀ ਤੋਂ, ਉਹਨਾਂ ਸਾਰਿਆਂ ਦੋਸਤਾਂ ਦੀ ਖੁਸ਼ਾਮਦੀਦ ਆਖਦੇ ਹਾਂ। ਉਹ ਸਾਰੇ ਦੋਸਤਾਂ ਦੀ ਨਜ਼ਰ ਨਾਥ ਸ਼ਰੀਫ, ਨਾਥ ਸ਼ਰੀਫ ਹੈ ਕਿਸੇ ਰੰਗ ਦੀ ਪੇਸ਼ ਕੀਤੀ, ਕਿਸੇ ਸਰਕਾਰ ਦੀ ਤਾਰੀਫ ਹੈ। ਰਾਜਾ ਆਦਲ ਸਾਹਿਬ ਤੁਸੀਂ ਨੇ, ਔਰ ਜਨਾਬ ਅਮਰਦਾਰ ਆਦਲ ਸਾਹਿਬ, ਰਾਜਾ ਨਵੀਨ ਸਾਹਿਬ ਪੜੀਨਾ, ਔਰ ਜਨਾਬ ਮਾੜੇ ਉਸਤਾਦ ਰਾਜਾ ਵਸੀਮ ਸਾਹਿਬ ਹਾਲ ਮੁਕੀਮ ਕਤਰ, ਜਨਾਬ ਦੀ ਨਜ਼ਰ ਹੋਰ ਬਾਕੀ ਜਿਤਨੇ ਰਾਜਾ ਬਰਾਦਰਾਂ ਨੇ ਪੜੀਨੇ ਤੋਂ, ਉਹਨਾਂ ਸਾਰਿਆਂ ਦੋਸਤਾਂ ਦੀ ਨਜ਼ਰ ਮੁਹੱਬਤ ਕੱਢੀ ਨਾ ਕੱਢੀ ਕੱਢੀ ਸਕਦੇ। ਪਤਾ ਨਾ ਹਰ ਤਰ੍ਹਾਂ ਡਰਾਮੇ ਵਿੱਚ ਇਸਲੈ ਉਹ ਜਿਸ ਕੁਹਾੜੀ ਚਾਹੀ ਹੋਣੀ ਸੀ ਕਹਿ ਨਾ ਸਾਹਿਬ ਨਾ ਤੁਰਗੁਤ ਤੁਰਗੁਤ ਕੀ ਕਿਤਨਾ ਆਪਣਾ ਜ਼ਹਿਰ ਦਿੱਤੇ ਸਭ ਕੁਝ, ਲੇਕਿਨ ਉਹ ਨਹੀਂ ਉਸਨੇ ਸੀਨੇ ਚੂ ਮੁਹੱਬਤ ਕੱਢੀ ਸਕੇ ਤੇ ਉਹਨਾਂ ਕਿਹਾ ਅਸਾਂ ਹਰ ਕੰਮ ਕਰੀ ਸਕਦੇ ਹਾਂ, ਲੇਕਿਨ ਮੁਸਲਮਾਨ ਨੇ ਸੀਨੇ ਵਿੱਚੋਂ ਅੱਲਾਹ ਉਸਦੇ ਰਸੂਲ ਲਈ ਮੁਹੱਬਤ ਨਾ ਖਤਮ ਕਰੀ ਸਕਦੇ ਤਾਂ ਸਾਡਾ ਮੁਸਲਮਾਨਾਂ ਨਾਲ ਹੱਕ ਕਿਆ ਬਣਨਾ। ਤਮਾਮ ਇੰਤਜ਼ਾਮੀ ਵਾਲਿਆਂ ਦੋਸਤਾਂ ਦੀ ਤਰਫੋਂ ਨਜ਼ਰ ਮੁਸਲਮਾਨ ਕਾ ਸ਼ੇਵਾ ਹੈ ਮੁਹੰਮਦ ਸੇ ਵਫਾ ਕਰਨਾ, ਮੁਸਲਮਾਨ ਕਾ ਸ਼ੇਵਾ ਹੈ ਮੁਹੰਮਦ ਸੇ ਵਫਾ ਕਰਨਾ, ਇਸ਼ਕੇ
ਨਾਥ ਨੱਚਣ ਬੋਲ ਅਗਾਮੀ ਖਿਦਮਤ ਪੇਸ਼ ਕਰਨਾ ਤੁਸੀਂ ਸਾਡੇ ਮਹਿਮਾਨ ਹੈ ਇਮਰਾਨ ਅਫਰੀਦੀ ਸਾਹਿਬ ਇੰਚਾਰਜ ਚੌਕੀ ਬਰੋਰ ਰਾਜਾ ਔਰੰਗਜ਼ੇਬ ਪੰਜਾਬ ਪੁਲਿਸ ਵਕੀਰ ਅਬਾਸੀ ਸਾਹਿਬ ਸ਼ਰਦੇਵ ਅਬਾਸੀ ਸਾਹਿਬ ਮੁਬਸ਼ਰ ਅਬਾਸੀ ਸਾਹਿਬ ਵਾਜਿਦ ਸੱਤੀ ਸਾਹਿਬ ਸ਼ਾਹਿਦ ਸੱਤੀ ਸਾਹਿਬ ਪੰਜਾਬ ਪੁਲਿਸ ਰਾਜਾ ਬਜਾਜ ਸਾਹਿਬ ਰਾਜਾ ਆਦਮ ਸਾਹਿਬ ਔਰ ਨਜ਼ਾਕਤ ਸੱਤੀ ਸਾਹਿਬ ਇਸ ਨਾਲ ਹੀ ਰਾਜਵਾਨ ਬਰਾਦਰ ਮੂਰਤੀ ਰਾਜਾ ਸੈਫੁੱਲਾ ਸਾਹਿਬ ਰਾਜਾ ਸਨਾਉੱਲਾ ਸਾਹਿਬ ਰਾਜਾ ਮੁਹੰਮਦ ਅਲੀ ਸਾਹਿਬ ਰਾਜਾ ਇਸ਼ਫਾਕ ਸਾਹਿਬ ਰਾਜਾ ਸਮੀਲਾ ਸਾਹਿਬ ਰਾਜਾ ਆਤਫ ਸਾਹਿਬ ਰਾਜਾ ਰਸੀਮ ਸਾਹਿਬ ਰਾਜਾ ਅਮਜ਼ਾ ਅਲੀ ਔਰ ਰਾਜਾ ਮੁਹੰਮਦ ਜ਼ਰਾਬ ਔਰ ਸਾਡੇ ਭਾਈ ਨਮਦਾਰ ਅਜ਼ਹਰ ਸਾਹਿਬ ਔਰ ਮੇਰੇ ਭਾਈ ਸੁਹੇਲ ਸੱਤੀ ਸਾਹਿਬ ਔਰ ਰਵੈ ਸੱਤੀ ਸਾਹਿਬ ਖੁਸ਼ੀ ਮੇਰੇ ਭਾਈ ਆਸਮ ਅਵਾਮੀ ਸਾਹਿਬ ਔਰ ਉਹਨਾਂ ਜਿੰਨੇ ਹੈ ਜਿਗਰ ਦੋਸਤ ਇਹਨਾਂ ਸਾਰਿਆਂ ਦੋਸਤਾਂ ਦੀ ਖੁਸ਼ੀ ਗੁਲਾਮੀਆਂ ਨਜ਼ਰ ਚੰਦ ਬੋਲ ਕਰਨਾ ਔਰ ਰਾਜਾ ਸ਼ਾਹਦੇਵ ਸਾਹਿਬ ਉਸ ਗੁਰੂ ਕਮਲ ਨਾਥ ਗੁਰੂ ਕਮਲ ਗੁਰੂ ਭਾਈ ਪੀਰ ਨਾਸਰ ਸ਼ਿਆ ਸਿਆਣਗੀ ਜਮਦੁਲ ਕਾਲਾ ਸਰਕਾਰ ਨੇ ਤੁਹਾਡੀ ਖਿਦਮਤ ਦੀ ਪੇਸ਼ ਹੈ ਔਰ ਸਾਡੇ ਭਾਈ ਵਲੀ ਸੱਚੀ ਸਾਹਿਬ ਪੀਰ ਜੀ ਸਰਕਾਰ ਫਰਮਾਣੇ ਉਸ ਬੰਦੇ ਨੂੰ ਗਾਟੇ ਨੇ ਫੇਰ ਕੇ ਬੰਦੇ ਦਾ ਜਾਗ ਨਸੀਬ ਜਾਵੇ ਨਾਸਰ ਸ਼ਾਹ ਜਦ ਜਾਗ ਜ਼ਮੀਰ ਜਾਵੇ ਪੂਰੀ ਖਬਰੀ ਹੋ ਤਬੀ ਜਾਵੇ ਸਾਡਾ ਮੁਲਕ ਤਰੱਕੀਆਂ ਕਰੇ ਸ਼ਾਲਾ Thank you.
ਕੋਈ ਜਿਹੜੀ ਵਿੱਚ ਤਾਈ ਬਸ ਦੇ ਤੀਰ ਜਾਵੇ ਤੇ ਜਿਹਨੇ ਇਸ਼ਕ ਦੀ ਬਾਜ਼ੀ ਲਾਈ ਏ ਜਿਹਨੇ ਇਸ਼ਕ ਦੀ ਬਾਜ਼ੀ ਲਾਈ ਏ ਆਇਓ ਹਰ ਮੈਦਾਨ ਚ ਫਸਦੇ ਹੋਏ ਰੂ ਕਮਲੀ ਵਾਲੇ ਕਰ ਲੈਣਾ ਖੁਦ ਕਦਮਾ ਵਿੱਚ ਅੜ ਜਾਸੇ ਕਮਲੀ ਵਾਲੇ ਕਰ ਲੈਣਾ ਫੁੱਲ ਕਦਮਾਂ ਵਿੱਚ ਚੜ ਜਾਸੇ ਤੇ ਸਰਕਾਰ ਦੇ ਨਾਂ ਦਾ ਇੱਕ ਨਾਰਾ ਨਾਰਾ ਯਾਰ ਸੁਣ ਲਾ ਕੁਲ ਮੁਨਕਰਾ ਲਈ ਪਰਸਤੇ ਹੋ ਸਿੱਧਾ ਸਰ ਨੌਕਰ ਸੋਹਣੇ ਦੇ ਸਾਡਾ ਬਖਸ਼ਿਆ ਜਾਵ ਨਮਸਤੇ ਅਸੀਂ ਨਾ ਸਰ ਲੋਕੋ ਸੋਹਣੇ ਦੇ ਸਾਡਾ ਬਖਸ਼ਿਆ ਜਾਣਾ ਮਸਤੀ ਇਸ ਵੇਲੇ ਦੋਸਤੋ ਆਵਾਜ਼ ਕੀਤੀ ਹੈ ਸਰਕਾਰ ਨੇ ਰੋਜ਼ ਦੂਰ ਦੀਵਾਨਾ ਤੜਪਾ ਤੇ ਆਵਾਜ਼ ਕਰਨਾ ਤਿਆਣਾ ਹੋ ਮੈਂ ਤੜਪਾ ਦੂਰ ਹੈ
ਤੁਸੀਂ ਮੇਰੇ ਭਾਈ ਸੁਹੇਲ ਸੱਤੀ ਸਾਹਿਬ, ਮੇਰੇ ਭਾਈ ਉਵੈਸ ਸੱਤੀ ਸਾਹਿਬ, ਇਮਰਾਨ ਅਫਰੀਦੀ ਸਾਹਿਬ, ਮੇਰੇ ਭਾਈ ਮੋਹੀਦ ਅਬਾਸੀ ਸਾਹਿਬ, ਉਜ਼ੈਰ ਜ਼ਾਰੀ ਸਾਹਿਬ, ਰਾਜਾ ਮਾਜਦ ਪੰਡਿਆਂ ਔਰ ਰਾਜਾ ਅਨਾਇਤ ਸਾਹਿਬ, ਉਹਨਾਂ ਨੇ ਖੁਸ਼ੀ ਚਾਰ ਸਰਮਾਇਸ਼, ਹੋਰ ਮੇਰੇ ਭਾਈ ਰਾਜਾ ਬਾਸਤ ਸਾਹਿਬ ਟ੍ਰਿਪਲ ਲਾਈਨ ਗਰੁੱਪ, ਮੇਰੇ ਭਾਈ ਨਮਦਾਰ ਤਾਰੋ ਸਾਹਿਬ, ਬਿਲਾਲ ਸੱਤੀ ਸਾਹਿਬ, ਮੇਰੇ ਭਾਈ ਮੁਖਲਸ ਸਾਹਿਬ, ਮੇਰੇ ਭਾਈ ਵਕਾਰ ਸਾਹਿਬ, ਰਾਜਾ ਸ਼ਹਿਰ ਸਾਹਿਬ, ਉਹ ਰਾਜਾ ਸੁਨੈਨ ਉਸ ਬਿਲਾ, ਉਹ ਰਾਜ ਨੇ ਮਹਿਫਲ ਚੀਫ ਦੇ ਦੁਲਾ ਮੀਆਂ, ਇਹਨਾਂ ਸਾਰੇ ਦੋਸਤਾਂ ਦੀ ਚਾਰ ਫਰਮਾਇਸ਼, ਹੋਰ ਤੁਸੀਂ ਸਭ ਨੂੰ ਉਸਤਾਦ ਨਗਰਕਰ ਸਾਹਿਬ ਔਰ ਮੇਰੇ ਭਾਈ ਲਿਆਕੀ ਸਾਹਿਬ, ਉਹ ਠੀਕ ਤੋਂ ਬੋਲ ਔਰ ਤਕੀਰ ਪੱਟੀ ਸਾਹਿਬ, ਮੇਰੇ ਭਾਈ ਮੋਹੀਦ ਅਬਾਸੀ ਸਾਹਿਬ, ਉਜ਼ੈਰ ਜ਼ਾਰੀ ਸਾਹਿਬ, ਹੋਰ ਮੇਰੇ ਭਾਈ ਮਸਤੀ ਦੇ ਅਬਾਸੀ ਸਾਹਿਬ, ਸਾਡੇ ਮਾਰੂਮ ਦੋਸਤ ਮਾਸਟਰ ਖਾਲਦ ਸਾਹਿਬ, ਸਾਹਿਬ
ਉਹਨਾਂ ਦੀ ਯਾਦ ਕਰਨੇ ਹੋਇਆ ਮੇਰੇ ਭਾਈ ਜਗਸ਼ੇਦ ਨਿਜ਼ਾਮ ਸਾਹਿਬ ਸੁਸੀ ਜਿਹੜੀ ਪਸੰਦੀ ਉਹ ਸੁਣੇ ਸਤੀ ਸਾਹਿਬ ਨੂੰ ਸਤੀ ਸਾਹਿਬ ਦੋ ਚਾਰ ਬੋਲ ਪੇਸ਼ ਕਰਨਾ ਆਵਾਜ਼ ਕੀਤੀ ਹੈ ਆਕਾ ਮੇਰੀਆਂ ਅੱਖੀਆਂ ਮਦੀਨੇ ਵਿੱਚ ਮੁੱਕ ਗਿਆ ਮਿਲਾ ਜੁਦਾਈਆਂ ਫੇਰ ਮੇਰੀਆਂ ਅੱਖੀਆਂ ਅੱਖੀਆਂ
ਸਨੀ ਅਬਾਸੀ ਸਾਹਿਬ, ਅਲੀ ਅਬਾਸੀ ਸਾਹਿਬ, ਐਦਰ ਸਾਹਿਬ, ਇਹਨਾਂ ਦੋਸਤਾਂ ਦੀ ਨਜ਼ਰ ਚੰਦ ਗੱਲਾਂ ਸੁਲਤਾਨੁੱਲਾ ਅਰਫੀ ਨਜ਼ਰ ਮੀਆਂ ਮੁਹੰਮਦ ਵਾਹਿਦ ਅਹਿਮਦੁੱਲਾ ਲੈ ਸਰਕਾਰ ਦੀਆਂ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਸਨੀਆਂ ਦੋਸਤਾਂ ਦੀਆਂ ਜਾਨਾਂ ਫਿਰ ਲੈ ਪੂਰੀਆਂ ਕਰਸਾਂ ਸਰਕਾਰ ਫਿਰ ਬਣਿਆ ਨੇ
ਮੇਰੇ ਭਾਈ ਓਏ ਸੱਤੀ ਸਾਹਿਬ, ਸੁਹਿਲ ਸੱਤੀ ਸਾਹਿਬ, ਮੇਰੇ ਭਾਈ ਰਾਜਾ ਆਦਿਲ ਸਾਹਿਬ, ਮੀਆਂ ਸਰਕਾਰ ਨੇ ਦੋ ਚਾਰ ਪੱਥਰ ਰੱਖੇ ਬੋਲ ਤੁਹਾਡੀ ਖਿਦਮਤ ਪੇਸ਼ ਕਰਨਾ। ਸੱਤੀ ਸਾਹਿਬ ਕਿਸੇ ਲਿਖਣ ਲਿਖਿਆ ਸੀ ਨਾ ਕਿ
ਨੀਚ ਅਸਲ ਮੈਂ ਕਿਸੇ ਦੀ ਜ਼ਾਤ ਨਹੀਂ ਗੀ ਨੀਚ ਅਸਲ ਮੈਂ ਕਿਸੇ ਦੀ ਜ਼ਾਤ ਨਹੀਂ ਗੀ ਨੀਚ ਉਹ ਜੋ ਕੋਲ ਥੀ ਹਾਰ ਜਾਵੇ ਤੋ ਕਿਬਲਾ ਵੀ ਸਰਕਾਰ ਨੇ ਫਰਮਾਇਆ ਕਿ ਹੋ ਨੀਚਾਂ ਦੀ ਅਸ਼ਨਾਈ ਬੋਲੋ ਨੀਚਾਂ ਦੀ ਅਸ਼ਨਾਈ ਇੱਕ ਵਾਰੀ ਮੈਂ ਆਉਣਾ ਦਿਲ ਖੋਲੀ ਦਾ ਭਾਈ ਰੋ ਸਰਦਾਰੀ ਅਭਿਸ਼ੇਕ ਸਾਹਿਬ ਤੋਂ ਥੈਂਕ ਯੂ ਬੜਾ ਤੋ ਕਿਬਲਾ ਮੇਰਾ ਸਰਕਾਰ ਨੇ ਇੱਕ ਸ਼ੇਰ ਪੇਸ਼ ਕਰ ਸਾ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਮੇਰੇ ਦੋਸਤਾਂ ਨੇ ਚਾਲ ਫਰਮਾਇਸ਼ ਹੋਈ ਜਨਾਬ ਨੇ ਫਰਮਾਇਆ ਕਿ ਹੋ ਚੰਗੇ ਬੰਦੇ ਦੀ ਮਜਲਿਸ ਬੁਰੇ ਬੰਦੇ ਦੀ ਮਜਲਿਸ
ਕੱਪੜੇ ਪਾਵੇ ਹਜ਼ਰਤ ਬਾਬਾ ਸਾਈਂ ਟਿੱਕਾ ਕਾਦਰੀ ਕਲੰਦਰੀ ਰਹਿਮਤੁੱਲਾਹ ਅਲੈਹ ਸਰਕਾਰ ਨੇ ਲਿਖਿਆ ਇਹ ਕਲਾਮ ਤੁਸੀਂ ਗੋਸ਼ ਗੁਜ਼ਾਰਾ ਸਰਕਾਰ ਨੇ ਵੀ ਕੁਰਾਨੇ ਮਜੀਦ ਫੁਰਕਾਨਿਆਂ ਵੀ ਇਤਨਾ ਤਰਜਮਾ ਆਪਣੀ ਜ਼ੁਬਾਨ ਵਿੱਚ ਕੀਤਾ ਲੂਤ ਅਲੈਹ ਸਲਾਮ ਨੇ ਕੌਮ ਨੇ ਬਾਰੇ ਵੀ ਸਾਰੇ ਦੀ ਤਕਰੀਬਨ ਪਤਾ ਹੀ ਆ ਪੜਿਆ ਨੇ ਸੁਣਿਆ ਨੇ ਤੋ ਰਾਜਾ ਤੈਯਬ ਖਸੂਸੀ ਤੁਸੀਂ ਨਜ਼ਰ ਉਹ ਕੁਦਰ ਗਿਆ ਨਹੀਂ ਕਰ ਸਕਦੇ ਨਾ ਸਕਦੇ ਨਹੀਂ ਇਸ ਉਹ ਬੱਚਾ ਜਨਾਬ ਮੁਹੱਬਤ ਅਕੀਦਤ ਕਰਨਾ ਉਸਨੇ ਵੀ ਨਜ਼ਰ ਖਸੂਸੀ ਰਾਜਾ ਅਦਲ ਗੌਰ ਨਾਲ ਸੁਣਿਆ ਹੈ ਰਾਜਾ ਜੀ ਤੁਸੀਂ ਸੁਣਿਆ ਹੈ Thank you.
ਦੀ ਹਾਲਤ ਮਰੇ ਮਾੜੀਆਂ ਧੀਆਂ ਫੀਆਂ ਜਿਹੜਾ ਨਾ ਪਰੋਸ਼ਦਾ ਤੇ ਆਖਣੇ
ਨੂਹ ਅਲੈਹ ਸਲਾਮ ਸਰਕਾਰ ਉਹਨਾਂ ਕੀ ਆਖਿਆ ਕਿ ਇਹਨਾਂ ਕੀ ਹੈ ਨਾ ਮਾਫ਼ ਕਰੋ, ਇਹ ਮੇਰੇ ਮਹਿਮਾਨ ਆਏ, ਮੇਰੀ ਵੀ ਸ਼ਰਮਿੰਦਾ ਨਾ ਕਰੋ ਤਾਂ ਆਪੂ ਸ਼ਰਮਿੰਦਾ ਨਾ ਹੋ। ਸਰਕਾਰ ਕਿਹਾ ਨੇ ਜੇ ਕਰੀ ਮੈਂ ਛੱਡੋ ਨਾ, ਕਰੀ ਮੈਂ ਛੱਡੋ ਨਾ, ਸਾਈ ਫਿਆਜ਼ ਵਿਰਾਨ ਸਰਕਾਰ ਦਾ ਸ਼ੇਰ ਹੈ। ਰਾਜਾ ਸਿੰਘ ਸਾਹਿਬ, ਰਾਜਾ ਜਸ਼ਨ ਸਾਹਿਬ, ਰਾਜਾ ਸਨੈਣ ਸਾਹਿਬ, ਇਹਨਾਂ ਸਾਰੇ ਤੋਂ ਸੰਚਾਰ ਫਰਮਾਇਸ਼ ਸ਼ੇਰ ਸਾਈ ਫਿਆਜ਼ ਵਿਰਾਨ ਸਰਕਾਰ ਨਾਲ ਆਵਾਜ਼ ਕੀਤੀ ਹੈ। Thank you.
ਸੱਤੀ ਸਾਹਿਬ, ਵਾਜਦ ਸੱਤੀ ਸਾਹਿਬ, ਸ਼ਹਿਰ ਸੱਤੀ ਸਾਹਿਬ, ਖਾਨਾ ਬੋਟਰੀ ਸੱਤੀਆਂ ਤੋਂ ਮਹਿਮਾਨ ਆਏ। ਯਾਰ ਦੇ ਦੇਸ਼ ਵੱਲ ਭੁੱਲ ਕਰਕੇ ਉਹ ਇੱਕ ਦਿਨ ਇਸ ਕੋਏ ਕਲੰਦਰ ਨਾਲ ਚਲੀ ਗਈਆਂ। ਯਾਰ ਬਾਰੇ ਕੋਈ ਕੀ ਉਹ
ਦਾਊਦ ਸੱਤੀ ਸਾਹਿਬ ਸਰਦ ਸੱਤੀ ਸਾਹਿਬ ਭਾਈ ਰਾਜਾ ਆਦਲ ਸਾਹਿਬ ਮੇਰੇ ਭਾਈ ਸੋਹਿਲ ਸੱਤੀ ਸਾਹਿਬ ਅਵੈਸ ਸੱਤੀ ਸਾਹਿਬ ਮੇਰੇ ਖਿਆਲ ਫਰਮਾਈ ਸ਼ੇਰ ਸੂਫੀ ਪਠਵਾਰ ਇਸ ਵੇਲਾ ਰਾਜਾ ਸਿਕੰਦਰ ਸਾਹਿਬ ਅਬਦੁੱਲਾ ਬਾਸੀ ਸਾਹਿਬ ਔਰ ਆਕਾਸ਼ ਬਾਸੀ ਸਾਹਿਬ ਔਰ ਮੇਰੇ ਭਾਈ ਅਵੈਸ ਸੱਤੀ ਸਾਹਿਬ ਸ੍ਰੀ ਦੂਸਰੇ ਮਹਿਮਾਨ ਆਏ ਜੀ ਇਹਨਾਂ ਚਾਰ ਫਰਮਾਇਸ਼ ਸ਼ੇਰ ਅਮੀਰ ਪਠਵਾਰ ਅਜ਼ਰ ਦੇ ਅਮੀਰ ਅਬਦੁੱਲਾ ਹਸਨ ਸਾਹਿਬ ਸਰਕਾਰ ਨਾ ਜਨਾਬ ਨੇ ਫਰਮਾਇਆ ਕਿ ਸ਼ਾਇਰ ਕੇ ਨਵੇਲੀਆਂ ਰਸਤੇ ਮਨਮੁਰ ਹੋ ਜਾਣ ਤੇਰੇ ਰਸਤੇ ਮਨਮੁਰ ਹੋ ਜਾਣ ਤੇਰੇ ਕੱਢ ਕੇ ਰਾਜਾ ਤਯਮ ਕਠਵਾਲ ਖਸੂਸੀ ਸ੍ਰੀਨਗਰ ਸ਼ੇਰ ਸਰਕਾਰ ਜਮਸ਼ੈਦ ਅਲੀ ਜਾਮ ਸਾਹਿਬ ਨੇ ਲਿਖਿਆ ਕੋਸ਼ਿਸ਼ ਕਰਦਾ ਤੇਰੀ ਗਲੀ ਅੰਦਰ ਜਿਤਨੀ ਵਾਰ ਆਇਆ ਤੇਰੀ ਗਲੀ ਅੰਦਰ ਜਿਤਨੀ ਵਾਰ ਆਇਆ ਹਰ ਰੋਏ ਵਾਰੀ ਕੀਤਾ ਸਵਾਲ ਲੋਕਾਂ ਹਾਂ
ਬਈ ਜਿਤਨੀ ਤੇਰੀ ਗਲੀ ਨੂੰ ਜਿਤਨੀ ਵਾਰ ਗਿਆ ਹਰ ਵਾਰ ਹੀ ਕੀਤਾ ਖਵਾਰ ਲੋਕਾਂ। ਤੋ ਮਾਸਟਰ ਨਿਸਾਰ ਸਾਹਿਬ ਸਰਕਾਰ ਮੈਂ ਸ਼ੇਰ ਇਸ ਮਕਾਮ ਤੇ ਜਨਾਬ ਨੇ ਫਰਮਾਇਆ ਕਿ ਸਜਣਾ ਸਫ਼ਰ ਸਉਦਾ ਤੈ ਕਰਕੇ ਸਫ਼ਰ ਸਉਦਾ ਤੈ ਕਰਕੇ ਇਹਨਾਂ ਦੋਸਤਾਂ ਨੇ ਚਾਹ ਫਰਮਾਇਸ਼ ਦੇ ਉਹ ਤੂੰ ਤਾਂ ਖੁਸ਼ੀਆਂ ਵਿੱਚ ਗੁੰਮ ਸੁਮ ਵਸਣਾ ਹੈ ਤੂੰ ਤਾਂ ਖੁਸ਼ੀਆਂ ਵਿੱਚ ਗੁੰਮ ਸੁਮ ਵਸਣਾ ਹੈ ਮੈਂ ਥੀ ਤੇਰਾ ਕਰਦਾ
ਸੁਨੀਲ ਸੱਤੀ ਸਾਹਿਬ ਮਨਫੀ ਸੱਤੀ ਸਾਹਿਬ ਰਾਜਾ ਸਿਕੰਦਰ ਸਾਹਿਬ, ਅਬਦੁੱਲਾ ਅਬਾਸੀ ਸਾਹਿਬ, ਰਾਜਾ ਆਕਾਸ਼ ਸਾਹਿਬ, ਇਹਨਾਂ ਨੇ ਖਸੂਸੀ ਜਾਤ, ਰਾਜਾ ਕਾਦਰ ਸਾਹਿਬ ਤੇ ਮਨਜਾਨੇ ਐਮਰਜੈਂਸੀ ਰੈਸਕਿਊ 1122, ਰਾਜਾ ਅਦਨਾਨ ਫਾਰੂਕ ਸਾਹਿਬ ਔਰ ਫੌਜੀ ਰਾਜਾ ਸਊਦ ਕੈਠਵਾਲ ਸਾਹਿਬ, ਇਹਨਾਂ ਸਾਰਿਆਂ ਦੋਸਤਾਂ ਨੇ ਤਾਂ ਸਾਈ ਵਿਰਾਨ ਅਹਿਮਦੁੱਲਾ ਲੈ ਸਰਕਾਰ ਨਾਲ ਸ਼ੇਰ ਲਿਆ ਮਾਣੇ ਜਗਦਾ ਕਰਨਾ ਕੀ ਮਾਣ ਯਾਰੋ ਜਦ ਕੇ ਜਾਗੀ ਅੰਦਰ ਸ਼ਾਹਜ਼ੇਬ ਅਬਾਸੀ ਸਾਹਿਬ, ਮੁਬਸ਼ਰ ਅਬਾਸੀ ਸਾਹਿਬ ਪੰਜਾਬ ਪੁਲਿਸ, ਫਾਹਦ ਅਬਾਸੀ ਪਰਦੇਸੀ, ਔਰ ਆਦਲ ਅਬਾਸੀ ਸਾਹਿਬ ਅਬੂ ਜ਼ਹਿਬੀ, ਤੈਮੂਰ ਅਬਾਸੀ ਸਾਹਿਬ ਅਬੂ ਜ਼ਹਿਬੀ, ਵਲੀਦ ਅਬਾਸੀ ਸਾਹਿਬ ਦੁਬਈ, ਸ਼ਾਮ ਅਬਾਸੀ ਸਾਹਿਬ, ਅਸਦ ਅਬਾਸੀ ਸਾਹਿਬ ਸ਼ਾਇਦ ਇਟਲੀ ਲਿਖਿਆ, ਫੈਜ਼ਾਨ ਅਬਾਸੀ ਸਾਹਿਬ ਕਤਰ, ਅਲੀ ਅਬਾਸੀ ਸਾਹਿਬ ਅਬਦੁਲ ਸਮਦ ਸੱਤੀ, ਅਤੇ ਹਮਜ਼ਾ ਅਬਾਸੀ ਸਾਹਿਬ, ਮਹਿਤਾਬ ਅਬਾਸੀ ਸਾਹਿਬ, ਹੈਦਰ ਅਬਾਸੀ ਸਾਹਿਬ, ਤੋਕੀਰ ਸੱਤੀ ਸਾਹਿਬ, ਰਾਜਾ ਔਰੰਗਜ਼ੇਬ ਸਾਹਿਬ ਪੰਜਾਬ ਪੁਲਿਸ, ਇਹਨਾਂ ਸਾਰਿਆਂ ਦੋਸਤਾਂ ਦੀ ਚਾਰ ਫਰਮਾਇਸ਼ ਤੇ ਸਤਿ ਸ਼੍ਰੀ ਅਕਾਲ ਸਰਕਾਰ ਨੇ ਕਿਹਾ ਖੇਡਾਂ ਵਾਣੀ
ਖੁਸੂਸੀ ਰਾਜੇ ਤੈਯਬ ਕਠਵਾਲ ਦੀ ਨਜ਼ਰ ਓਏ ਸ਼ੇਰ ਸ਼ੇਰੋ ਦਾ ਦਿਲ ਬਾਰਾ ਸ਼ੇਰ ਸ਼ੇਰੋ ਦਾ ਦਿਲ ਬਾਰਾ ਯਾਰ ਕਬੂ ਖਿਦਮਤਾਂ ਮਾਰੋ ਬੜਾ ਪਿਆਰਾ ਜਿਹਾ ਖਿਆਲ ਤੁਸੀਂ ਭਾਈ ਸਾਹਿਬ ਸਾਹਿਬ ਤੁਹਾਡੀ ਨਜ਼ਰ ਹੈ ਮੇਰੇ ਕੱਲ ਓਏ ਸੇਰੀ ਆ
Thank you.
ਸੋਹਣਾ ਬਾਹਰ ਤੂੰ ਸਰ ਸਿਆ ਮੇਰਾ ਫੱਟਾ ਪੁਰਾਣਾ ਲਬਾਸ ਨਾ ਦੇਖ ਦੌਲਤ ਸਮਝੋ ਪਦਾਰਤ ਕੋਲ ਮੇਰੇ ਮੇਰੀ ਗੁਰੂ ਕੋਲ ਮੇਰਾ ਹਲਾਸ ਨਾ ਦੇ ਅਸਾਈਆਂ ਜਿੰਨਾ ਮੇਰਾ ਦਾਸ ਕਰਾ ਦਿਆਂ ਦਾ ਸ਼ੇਰ ਪੇਸ਼ ਕਰਦਾ ਫਰਮਾਇਸ਼ ਕਰਦੇ ਮੇਰੇ ਭਾਈ ਸੁਨੀਲ ਸੱਤੀ ਸਾਹਿਬ ਔਰ ਮੇਰੇ ਭਾਈ ਉਵੇ ਸੱਤੀ ਸਾਹਿਬ ਇਹਨਾਂ ਦੱਸੋ ਨੀ ਚਾਹਤੇ ਸ਼ੇਰ ਕੇ ਸ਼ੇਰ ਜਾਨ ਸਾਹਿਬ ਲਿਖਿਆ ਹੋਇਆ ਨਾਲ ਫਰਮਾਇਆ ਕਿ ਸ਼ਾਇਰ ਕਹਿੰਦਾ ਮੇਰੀਆਂ ਸਾਰਿਆਂ ਨੂੰ ਯਾਦ ਰੱਖਿਆ ਉਜੜੇ
ਉਜੜੀ ਹੋਏ ਚਮਨ ਜਿਵੇਂ ਵੀ ਰੋਵਾ ਨਹੀਂ ਆਖੇਲੀ ਰਹਿੰਦੀ ਪੰਜਾਬ ਪੁਲਿਸ ਸ਼ਾਹਦੇਵ ਅਬਾਸੀ ਸਾਹਿਬ, ਪੰਜਾਬ ਪੁਲਿਸ ਮੁਬਸ਼ਰ ਅਬਾਸੀ ਸਾਹਿਬ, ਪੰਜਾਬ ਪੁਲਿਸ ਔਰ ਨਜ਼ਾਕਤ ਸੱਤੀ ਸਾਹਿਬ, ਰਾਜਾ ਰਮਜ਼ਾਨ ਸਾਹਿਬ, ਸ਼ਫਕਤ ਸੱਤੀ ਸਾਹਿਬ, ਰਾਜਾ ਅਨਵਰ ਸਾਹਿਬ, ਰਾਜਾ ਆਫਤਾਬ ਸਾਹਿਬ, ਰਾਜਾ ਤੈਯਬ ਕਠਵਾਲ ਸਾਹਿਬ, ਰਾਜਾ ਜ਼ਫਰਾਨ ਸਾਹਿਬ, ਰਾਜਾ ਫੈਜ਼ੀ ਸਾਹਿਬ, ਦੁਲੇ ਨੇ ਭਾਈ, ਰਾਜਾ ਕੁੰਵਰ ਨਿਵਾਸ ਸਾਹਿਬ, ਰਾਜਾ ਸਕੀਮ ਸਾਹਿਬ ਅਤੇ ਰਾਜਾ ਮਾਲ ਸਾਹਿਬ, ਰਾਜਾ ਸਦਾਮ ਕਠਵਾਲ ਸਾਹਿਬ ਔਰ ਰਾਜਾ ਅਲੀ ਸਾਹਿਬ, ਹਫੀਜ਼ ਅਲ ਮਾਰੂਫ ਕੋਟਾ, ਰਾਜਾ ਰਮਜ਼ਾਨ ਸਾਹਿਬ ਔਰ ਰਾਜਾ ਜ਼ਫਰਾਨ ਸਾਹਿਬ, ਇਹਨਾਂ ਸਾਰਿਆਂ ਦੋਸਤਾਂ ਦੀ ਚਾਹ ਫਰਮਾਇਸ਼ ਤੇ ਪੂਰੇ ਸ਼ੇਰ ਫਿਰ ਹਾਂ ਸਾਹਿਬ ਸਰਕਾਰ ਨੇ ਸ਼ੇਰ ਪਹਿਲਾਂ ਲਾ ਕੇ ਪਰਦਾ ਨਸ਼ੀ ਦੀ ਅੱਖਾਂ ਫੇਰ ਜਾਗੀ ਅੰਦਰ ਨਸ਼ਰ ਆਈ
ਦਿਲ ਕਿਸਾ ਦਾ ਤੋੜਨਾ ਨਹੀਂ ਅੱਛਾ ਕਿਉਂ ਜੇ ਖਾਣਾ ਇੱਕ ਆਦਰ ਕਦੀ ਹੁੰਦਾ ਹਰ ਬੀਜ ਜੋ ਰੱਖੇ ਉਮੀਦ ਬੁਲਦੀ ਹੋਵੇ ਸਮਝ ਨਹੀਂ ਰੋਸ਼ਨ ਜ਼ਮੀਰ ਹੁੰਦਾ ਨਾਲ ਅੱਗ ਅੰਦਾਰਿਆ ਖੇੜੀਏ ਨਾ ਇਸਦਾ ਜੋ ਸ਼ਾਫਰ ਦਾ ਮਨ ਗੀਰ ਹੁੰਦਾ ਉਹ ਆਸਮ ਜਿੱਤ ਫਕੀਰਾਂ ਨੂੰ ਛੇੜੀਏ ਨਾ ਕਦੀ ਕਦੀ ਵਿੱਚ ਗਜ਼ਬ ਫਕੀਰ ਹੁੰਦਾ ਤਖਸੂਸੀ ਚਾਹ ਸੰਦੇਸ਼ ਕਰਨੇ ਰਾਜਵਾਨ ਬਰਾਦਰਸ ਮੂਰਤੀ ਦਾ ਬੰਦਗਾ ਰਾਜਾ ਸਨਾਉਲਾ ਰਾਜਾ ਮੁਕੀ ਕਠਵਾਰ ਰਾਜਾ ਸੈਫੁੱਲਾ ਰਾਜਾ ਆਤਫ ਮਮੂਨ ਰਾਜਾ ਸਮੀਉੱਲਾ ਰਾਜਾ ਮੁਹੰਮਦ ਅਲੀ ਰਾਜਾ ਅਬੀਕ ਪਤਲਾਟਾ ਰਾਜਾ ਆਕਫ ਖਸੂਸੀ ਫਰਮਾਇਸ਼ ਰਾਜਾ ਅਜ਼ਰ ਅਮਰੂਫ ਅਵਲਦਾਰ ਭਾਈ ਇਹਨਾਂ ਸਾਰੇ ਦੋਸਤਾਂ ਨੇ ਚਾਹ ਸੰਦੇਸ਼ ਕੀਤਾ ਨਹੀਂ ਅੱਛਾ ਸੁਲਤਾਨਾ ਗੋਬਰ ਪੇਸ਼ ਕਰਨਾ ਆ ਆਵਾਜ਼ ਕੀਤੀ ਹੈ ਮੈਂ ਮਲੰਗਨੀ ਭਰੀ ਸਰਕਾਰੀਆਂ ਸਾਰਿਆਂ ਦੋਸਤਾਂ ਦੀ ਚਾਹ ਦੇ ਮੁਤਾਬਕ ਮੈਂ ਦੋ ਪੇਸ਼ ਕਰਨਾ ਆ ਆਵਾਜ਼ ਕੀਤੀ ਮਲੰਗਨੀ ਪਰੀ ਸਰਕਾਰ
ਤਯੋ ਨਰ ਅਲੀ ਦੇ ਬਲੀ ਦੇ ਹੋ ਤਯੋ ਨਰ ਅਲੀ ਦੇ ਪੇਸ਼ ਕਰਨੇ ਔਰ ਉਸਕੋ ਬਾਅਦ ਸਾਫ ਸੁਥਰੇ ਕੇ ਸਫੀਰ ਬਣੇ ਆਲ ਫਿਦਾਈ ਫੋਰਸ ਜਾਤ ਦੇ ਗੋਬਲ ਪੇਸ਼ ਕਰਨੇ ਔਰ ਮੈਂ ਅਦਰੂ ਤੁਖਨੀ ਆ ਉਹ ਕਿੱਥੇ ਮੇਰੇ ਪਾਪਾ ਚਲੇ ਗਏ ਉਹ ਬੰਦੇ ਪਾਣੀ ਕੋਲੋਂ ਪੁੱਛਦੀ ਆ ਤੂੰ 36 ਸਾਲਾਂ ਤੋਂ ਅੱਧ ਵਾਲੀ ਸਰਕਾਰ ਦਾ ਸੀ ਜਾ ਰਹੇ ਪਾਣੀ ਵਾਲੀ ਸਰਕਾਰ ਦਾ
ਸ਼ੇਰੇ ਦੀ ਫਰਮਾਇਸ਼ ਸੀ ਸ਼ੇਰ ਯਾਸੀਨ ਰਾਕਮ ਸਾਹਿਬ ਨੇ ਲਿਖਿਆ ਸਾ ਭਾਏ ਸੜੇ ਅਮਨ ਵਾਸੀ ਸਾਹਿਬ ਸ਼ਾਦੇਵ ਵਾਸੀ ਸਾਹਿਬ ਪੰਜਾਬ ਪੁਲਿਸ ਬਸ਼ਰ ਵਾਸੀ ਸਾਹਿਬ ਪੰਜਾਬ ਪੁਲਿਸ ਖਰਮ ਸੱਤੀ ਸਾਹਿਬ ਪੰਜਾਬ ਪੁਲਿਸ ਅਲੀ ਅਬਾਸੀ ਸਾਹਿਬ ਔਰ ਐਦਰ ਸਾਹਿਬ ਸ਼ੇਰ ਮੈਂ ਵੈਸੇ ਸਮੇਂ ਗੱਲਾਂ ਗੱਲਾਂ ਸੁਣਾਈ ਜਾਂਦਾ ਮੁਤਤ ਸਿੱਖਾ ਇੰਤਜ਼ਾਰ ਜਿਨ ਕਾ ਸ਼ਾਇਦ ਆਜ ਵੋ ਕਰਮ ਫਰਮਾਨੇ ਆ ਜਾਏ ਜਿਨ ਸੇ ਰੋਸ਼ਨ ਹੈ ਸ਼ਬੇ ਤਾਰੀਖ ਮੇਰੀ ਜਲਦੀ ਯਾਦੋ ਵੀ ਸ਼ਮਾ ਬੁਝਾਨੇ ਆ ਜਾਏ ਖੂਨ ਕੀ ਰਾਹੂ ਮੈਂ ਬਿਖਰਾ ਹੈ ਦਿਲ ਮੇਰਾ ਆ ਉਮੀਦ ਕੇ ਟੁਕੜੇ ਉਠਾਨੇ ਆ ਜਾਏ ਘਰ ਦੀ ਰੂਹ ਸਪੁਰਦ ਯਾਸੀਨ ਉਨਕੇ ਬਖਸ਼ੇ ਜ਼ਿੰਦਗੀ ਆ ਕਫਨ ਪਹਿਨਾਨੇ ਆ ਜਾਏ ਮੇਰੇ ਦੋਸਤੋ ਤੁਸਾਂ ਦੋਸਤਾਂ ਭਰਾ ਆਪਣੀ ਮੁਹੱਬਤ ਤੋਂ ਬਹੁਤ ਇਜ਼ਹਾਰ ਕੀਤਾ ਅਲਹਮਦੁਲਿਲਾ ਪੈਸੇ ਤੋਂ ਹੋਈ ਗਏ ਪੈਸੇ ਤੋਂ ਹੋਈ ਗਏ ਇਹ ਸੋਹਿਲ ਸੱਤੀ ਹੋਰੇ ਦੁਲਾ ਮੀਆਂ ਅਸਾਮ ਰਹੀਦ ਸਾਹਿਬ ਤੁਸਾਂ ਦੋਸਤਾਂ ਨਾਲ ਇੰਤਜ਼ਾਮੀਆ ਨਾਲ ਬਹੁਤ ਸ਼ੁਕਰੀਆ ਹੁਣ ਚੰਦ ਮਿੰਟ ਪਈ ਤੇ ਖਾਲੀ ਮਾੜੀ ਗੱਲ ਸੁਣੀ ਗਈ ਸੀ ਚੰਦ ਇੱਕ ਮਿੰਟ ਖਾਲੀ ਪੀਓ ਆਇਓ ਜਣੇ ਕਰੀ ਗਿਨ ਰੱਜੀ ਦਫੈਲ ਹੋਰ ਕਰਨੇ ਕਰੀ ਗਿਨੋ ਜੇ ਮੈਂ ਹੁਣ ਗੱਲ ਬਣਨਾ ਤਾਂ ਫਿਰ ਜ਼ਾਹਿਰ ਹੈ ਜਿਹੜਾ ਬੰਦਾ ਗੱਲ ਬਾਣਾ ਹੋਇਆ ਤਾਂ ਅਗਲਾ ਸੁਣਿਆ ਨਾ ਮਤਵ ਜੋ ਹੋਈਦਾ ਤਾਂ ਫਿਰ ਬੰਦੇ ਹੀ ਗੱਲ ਬਾਣੇ ਨਾਲ ਸਵਾਦ ਨਹੀਂ ਦੇਣਾ ਪੁਰਾਣੇ ਮਜੀਦ ਫੁਰਕਾਨੇ ਅਮੀਰ ਜਿਹਨਾਂ ਲੋਕਾਂ ਪੜ੍ਹਿਆ ਜਾਂ ਜਿਹਨਾਂ ਉਲਮਾ ਕੋਲੋਂ ਸੁਣਿਆ ਇੱਕ ਵਾਕਿਆ ਉਸਦੇ ਵਿੱਚ ਮੌਜੂਦ ਆ ਕਿ ਯਾਜੂਜ ਔਰ ਮਾਜੂਜ ਦੋ ਕਬੀਲੇ ਸੇ ਜਿਹੜੇ ਬੰਦਿਆਂ ਕੀ ਖਾਈ ਕੱਢਣ ਸੇ ਜ਼ਬਾ ਕਰੀ ਦੇ ਜ਼ਿੰਦਾ ਬੰਦਾ ਪੌੜੀ ਲਾਲ ਕਰੀ ਖਾਈ ਕੱਢਣੇ ਸੇ ਜ਼ੁਲਕਰਨੈਨ ਸਿਕੰਦਰ ਸਰਕਾਰ ਗਏ ਉਸ ਇਲਾਕੇ ਵਿੱਚ ਉਹ ਗੱਲਾਂ ਪਾਉਣ ਉਹਨਾਂ ਨੇ ਸਮਝਣਾ ਅੱਛਾ ਗੱਲਾਂ ਨਹੀਂ ਜ਼ਾਹਿਰ ਅਸਾਂ ਪਠਾਣਾਂ ਦੇ ਇਲਾਕੇ 'ਚ ਚਲੇ ਪਿਛਾਂ ਸਹੀ ਕਹਿ ਤਾਏ ਕਹਿ ਬਾਣੇ ਉਹ ਜਣਾ ਕੋਈ ਸਾਲਾ ਪਾਕਿਸਤਾਨੀ ਚਲਾ ਗਿਆ ਨਾ ਸੋਦੀਆ ਵਿੱਚ ਉੱਥੇ ਜ਼ਾਹਿਰ ਹੈ ਉਹਨਾਂ ਦੀ ਅਰਬੀ ਜ਼ੁਬਾਨ ਹੈ ਜਿਸ ਲੈ ਕੋਈ ਅਰਬੀ ਤੋਂ ਖਲੀ ਦਾ ਪਏ ਗੱਲਾਂ ਪਾਉਣ ਰਾਤ ਬਣੀ ਖਲੀ ਰਹਿ ਸੋਚਿਆ ਕੁਰਾਨ ਨੇ ਤਲਾਵਤ ਸ਼ੁਰੂ ਹੋਈ ਉਹਨਾਂ ਵਾਸ਼ਰੂਮਾਂ 'ਚ ਗਿਆ ਨਾ ਮਾਮੀ ਵਾਸ਼ਰੂਮਾਂ 'ਚ ਤੰਦੁਰ ਅਰਬੀ ਖਲੀ ਦੇ ਗੱਲਾਂ ਪਾਉਣ ਹੱਥ ਬੰਨੀ ਦੇ ਖਲਤਾ ਅਰਬੀਆਂ ਨੇ ਨਾ ਗੱਲ ਬੁੱਕਿਆ ਮੂਤਰ ਹੋਇਆ ਡਾਢਾ ਆਇਆ ਪਾਕਿਸਤਾਨ ਵਟਸਐਪ ਫੋਨ ਕੀਤਾ ਸੰਗਿਆ ਉਸ ਸੁਣਾ ਸੰਗਿਆ ਉਸ ਅਰਬੀ ਤਾਂ ਪਾਗਲ ਹੋਈ ਜਿਹੜੀ ਹੈਗੀ ਆ ਉਸ ਉਹ ਵਾਸ਼ਰੂਮਾਂ ਵਿੱਚ ਵੀ ਤਲਾਵਤ ਕਰਦੇ ਰਹੇ ਤੋ ਦੋਸਤੋ ਜਿਸਲੇ ਉਹਨਾਂ ਕੀ ਨਾ ਸਮਝ ਅੱਛਾ ਇੱਕ ਬਾਣਾ ਜਾਣੇ ਇਸ਼ਾਰਿਆਂ ਤੋਂ ਨਾ ਸਮਝਿਆ ਕਿ ਇੱਥੇ ਇਹ ਕੌਮ ਜਿਹੜੀ ਹੈ ਯਾਜੂਜ ਮਾਜੂਜ ਦੋ ਕੌਮੀਆਂ ਕਬੀਲੇ ਹੈ ਇਹ ਬੰਦਿਆਂ ਕੀ ਸਭਾ ਕਰੀ ਦਿਖਾਈ ਕੱਢਣੇ ਸਰਕਾਰ ਨੇ ਉਹਨਾਂ ਨੇ ਇੱਕ ਹੱਦ ਮੁਕਰਰ ਕੀਤੀ ਦੋ ਪਹਾੜ ਸੇ ਜਿਨ੍ਹਾਂ ਨੇ ਦਰਮਿਆਨ ਸੀਸਾ ਫਗਲਾਈ ਉਹ ਦੀਵਾਰ ਮੁਕਰਰ ਕੀਤੀ ਸਰਕਾਰ ਨੇ ਉਹਨਾਂ ਆਖਿਆ ਜਿੱਚੋ ਰੇ ਦੀਵਾਰ ਟੱਪੀ ਦੌਰਾ ਲੰਘਣੇ ਤਦ ਤੱਕ ਤੁਸਾਂ ਜਿਹੜਾ ਨਾ ਸਲਾਮਤੀ ਨਾਲ ਰਹਿ ਸਕਦਾ ਹਜ਼ੂਰ ਨਬੀ ਪਾਕ ਅਲੈਹਿ ਸਲਾਮ ਸਰਕਾਰ ਨੇ ਫਰਮਾਇਆ ਕਿ ਆਮਦ ਦੀਆਂ ਫਿਤਰੀਆਂ ਵਿੱਚੋਂ ਇੱਕ ਯਾਜੂਜ ਮਾਜੂਜ ਨਾਲ ਫਿਤਨਾ ਉਸੀ ਬੇਸ਼ੁਮਾਰ ਫਿਤਨੇ ਆ ਦਜਾਲੀ ਫਿਤਨੇ ਜਿਨ੍ਹਾਂ ਨੇ ਇੰਨੀ ਸਮਾਜ ਸਰਕਾਰ ਨੇ ਫਰਮਾਇਆ ਸਾ ਕਿ ਕਿਆਮਤ ਦੀਆਂ ਫਿਤਰੀਆਂ ਵਿੱਚੋਂ ਇੱਕ ਫਿਤਨਾ ਇਹ ਵੀ ਉਸੀ ਕਿ ਲੋਕ ਹਰ ਬੰਦਾ ਆਪਣੇ ਕਬੀਲੇ ਕੀ ਅਫਜ਼ਲ ਸਮਝਣ ਲਈ ਪੈਸਾ ਹਾਲੇ ਸਭ ਤੋਂ ਅਫਜ਼ਲੀਅਤ ਹੈ ਮੁਸਲਮਾਨ ਹਾਂ ਸਭ ਤੋਂ ਜ਼ਿਆਦਾ ਫਜ਼ੀਲਤ ਮੁਸਲਮਾਨ ਨਹੀਂ ਹੈ ਕੱਲ੍ਹ ਕਿਆਮਤ ਵਾਲੇ ਰੋਜ਼ ਅੱਲਾਹ ਨਹੀਂ ਆਖੋਲਾ ਇਹ ਕੁਟਲੀ ਸੱਤੀਆਂ ਵਾਲੇ ਇੱਧਰ ਚਲੇ ਗਏ ਸ਼ਾਇਦ ਮਰੀ ਲੈ ਇੱਧਰ ਛੁਰਨਾ ਉਹ ਆਖਸਨ ਮੇਰੇ ਤੋ ਸਰਕਾਰ ਨੇ ਫਰਮਾਇਆ ਕਿ ਅੱਲਾਹ ਤਬਾਰਕ ਵਾ ਤਾਲਾ ਉਸ ਲੈ ਆਖਸੀ ਮੇਰੇ ਮੁਹੰਮਦ ਕੀ ਮੰਨਣ ਵਾਲੇ ਇਸ ਪਾਸਾ ਹੋ ਜਾਓ ਉਸ ਲੈ ਅਰਬੀ ਵੀ ਉੱਧਰ ਖਲਤੇ ਹੋ ਸਨ ਅਜਮੀ ਵੀ ਖਲਤੇ ਹੋ ਸਾਂ ਅਫਗਾਨੀ ਵੀ ਉੱਥੇ ਖਲਤੇ ਹੋ ਸਾਂ ਉੱਥੇ ਕੋਈ ਸ਼ੀਆ ਸੁਣਨੀ ਰਾਜਾ ਚੌਧਰੀ ਨੂਨ ਪੀ ਪੀ ਟੀ ਆਈ ਨਹੀਂ ਹੋਣ ਲੱਗੀ
ਉਤਰਾ ਸਿਰ ਲੱਭੀ ਨਾ ਕਲਮੇ ਨਾਲ ਰਿਸ਼ਤਾ ਇਸ ਜਹਾਨ ਵਿੱਚ ਵੀ ਜ਼ਿੰਦਾ ਉਸ ਜਹਾਨ ਵਿੱਚ ਵੀ ਜ਼ਿੰਦਾ। ਹੁਣ ਸਾਰੇ ਤੁਸੀਂ ਭਰਾ ਮਾੜੀ ਗੱਲ ਸੁਣਿਆ ਹੈ ਕਿ ਜਿਹੜਾ ਤਜਾਲੀ ਫਿਤਰੀਆਂ ਵਿੱਚੋਂ ਇਹ ਯਾਜੂਜ ਮਾਜੂਜ ਨਾਲ ਫਿਤਨਾ ਸ਼ੁਰੂ ਹੋ ਸੀ ਤਾਂ ਕਹਿ ਕਹਿ ਉਸ ਹੁਣ ਹੋਰ ਨਾਲ ਸਾਰੇ ਸੁਣਿਆ ਅੱਗਾ ਤੁਸੀਂ ਸਾਡੀ ਬਹੁਤ ਹੌਸਲਾ ਅਫਜ਼ਾਈ ਕੀਤੀ ਤੁਹਾਡਾ ਬਹੁਤ ਸ਼ੁਕਰੀਆ ਦੋਸਤੋ। ਮਜ਼ਬੂਤ ਬਣ ਗਏ ਗੁਲਪੁਰ ਨਹਿਰ ਦੀ ਸੱਦ ਮਜ਼ਬੂਤ ਬਣ ਗਏ ਜਿਸ ਹੋਏ ਫਿਤਨੇ ਦਾ ਯਕਦਮ ਖਲੂਜ ਸੀ
ਪਤਾ ਨਾ ਉਸੀ ਮਕਬੂਲ ਤਾਈ ਦਿਲ ਕਰਨਾ ਇਹ ਜ਼ਰਾ ਸਾਊਂਡ ਬੰਦ ਕਰੋ ਦਿਲ ਕਰਨਾ ਹੁਣ ਤੁਸਾਂ ਕੀ ਇਸ ਤਰ੍ਹਾਂ ਸ਼ੇਰ ਸੁਣਾ ਜੇ ਕੋਈ ਗੱਲਾਂ ਬਾਣਾ ਵੈ ਤਾਂ ਵੀ ਚੁੱਪ ਕਰੀ ਰਹਿ ਸਰਕਾਰ ਨੇ ਫਰਮਾਇਆ ਕਿ ਕਿਆਮਤ ਨੇ ਨਜ਼ਦੀਕ ਕਾਤਲ ਕਿ ਨਹੀਂ ਪਤਾ ਹੋਣ ਲਾ ਮੈਂ ਇਸ ਕੀ ਮਾਰਿਆ ਕੀ ਆਇਆ ਔਰ ਮਕਤੂਲ ਕਿ ਨਹੀਂ ਪਤਾ ਹੋਣ ਲਾ ਮੈਂ ਮੋਇਆ ਕੀ ਆਇਆ ਇਹ ਵੀ ਇੱਕ ਫਿਤਨਾ ਆ ਇਹ ਜਿਹੜਾ ਜਾਣਾ ਬੰਬ ਬਣੀ ਤਾਂ ਆ ਰਹਿਣਾ ਬੰਬ ਬਣੀ ਤਾਂ ਕਈਆਂ ਕੀ ਮਾਰੀ ਗੱਲਾਂ ਉਹ ਬੰਦੇ ਰਾਗੀਰ ਜਿਹੜੇ ਉਹਨਾਂ ਕੀ ਕਿਆ ਪਤਾ ਜੇ ਮਿਗੀ ਕਿਆਂ ਮਾਰਿਆ ਤਾਂ ਮਾਰਨੇ ਵਾਲੇ ਕੋਈ ਵੀ ਨਹੀਂ ਪਤਾ ਮੈਂ ਇਸ ਕੀ ਮਾਰਿਆ ਕੀ ਆਇਆ ਤਾਂ ਮਾਰਨੇ ਵਾਲਾ ਕੋਈ ਬਾਹਰੋਂ ਨਹੀਂ ਇਸ਼ਨਾ ਆਪਣੇ ਹੀ ਉੱਠੀ ਤੇ ਮਾਰਨੇ ਓ ਸਨ ਧਰਤੀ ਤਾਂ ਫਿਤਨੇ ਵਰਪਾ ਇਤਨੇ ਵਾਹ ਦੇਖਣਾ ਸੌਂਦੇ ਲਈ ਖਾਂਜੀ ਨਹੀਂ ਸਮਝ ਹੈ ਉਮਰ ਬੰਦ ਕਰ ਬਾਜਾ 47 ਓ ਸਨ ਧਰਤੀ ਤਾਂ ਫਿਤਨੇ ਵਰਪਾ ਇਤਨੇ ਓ ਫਿਤਨੇ ਬਾਜ਼ਾਂ ਦਾ ਅਰਸੂ ਹਜੂ ਮੋਸੀ ਤਾਕਤਵਰ ਕਾਤਲ ਦਾ ਜ਼ੋਰ ਚੱਲ ਕੇ ਇਹ ਰੁਸੂਵਾ ਮੋਤਾਜ ਮਜ਼ਲੂਮ ਮੋਸੀ ਇਹ ਕੜਾ ਸਤਾਰਾਂ ਗਿਆ ਓਏ ਜਿਹੜਾ ਜਾਜੂਜ ਮਾਜੂਜ ਇਤਨਾ ਧਰਤੀ ਉੱਤੂ ਹਰਿਆਲੀਆਂ ਮੁੱਕ ਜਾ ਸਨ ਖੁਸ਼ਕ ਸਾਲੀ ਦੀ ਗੋਇਆ ਪਰਮਾਰ ਉਸੀ ਇੱਕ ਮੱਕੇ ਮਦੀਨੇ ਨੂੰ ਛੋੜ ਰਾਸ਼ਦ ਕਤਲੇ ਆਮ ਵਿੱਚ ਸਾਰੇ ਸੰਸਾਰ ਉਸੇ ਤੇ ਸਰਕਾਰ ਆਖਿਆ ਕਿ ਉਹ ਜਿਹੜਾ ਇਤਨੇ ਜ਼ੁਲਮ ਕਰੀ ਰਹੇ ਸਨ ਉਸਨੇ ਸੁਬਾਹ ਈਸਾ ਅਲੈਹ ਸਲਾਮ ਸਰਕਾਰ ਨਾਲ ਜ਼ਹੂਰ ਉਸੀ ਤੇ ਸਰਕਾਰ ਇਮਾਨ ਵਾਲਿਆਂ ਕੀ ਕਿਣੀ ਤੇ ਕੁਦਰ ਗਏ ਸਨ ਪਹਾੜਾਂ ਦਾ ਇਹ ਪਹਾੜਾਂ ਵਾਲੇ ਲੱਸੀ ਦਾ ਇੱਧਰ ਪਠਵਾਰਾ ਦਰਗਸ਼ ਨੇ ਬੇਫਿਕਰ ਨਾ ਕਰੋ ਅੱਗੇ ਕੰਮ ਜਾਰੀ ਹੋਣ ਲਾ ਆਖਿਆ ਹਜ਼ੂਰ ਕਿਉਂ ਆ ਇਮਾਨ ਪਚਾਸਨ ਜਿਹੜੇ ਪਹਾੜਾਂ ਦਰ ਚਲੇ ਗਿਆ ਸਨ ਤਾਂ ਫਿਰ ਦਜਾਲ ਕੀ ਈਸਾ ਅਲੈਹ ਸਲਾਮ ਮਾਰ ਸੁਣ ਤਾਂ ਆਖਣੇ ਯਾਜੂਜ ਮਾਜੂਜ ਨਹੀਂ ਗਰਦਨ ਵਿੱਚ ਇੱਕ ਕੀੜਾ ਪੈਦਾ ਹੋਸੀ ਜਿਸਨੀ ਵਜ੍ਹਾ ਸੋ ਯਾਜੂਜ ਮਾਜੂਜ ਕੌਮ ਮਰਨੀ ਸ਼ੁਰੂ ਹੋਸੀ ਇਤਨੀ ਸਖਤ ਕੌਮ ਹੈ ਕਿ ਇਹ ਤੋਪਾਂ ਗਣਨਾ ਉਹਨਾਂ ਨੇ ਸਾਹਮਣੇ ਕੱਖ ਨਹੀਂ ਅਸਾਂ ਉਹਨਾਂ ਨੇ ਗਿੱਟੀਆਂ ਇਤਨੇ ਹੋਸਾਂ ਉਹ ਅਸਾਂ ਕੀ ਪੰਜ ਸੱਤ ਪੌੜੀ ਗਿਣਿਆ ਕਰ ਸੁਣੀਆਂ ਯਾਜੂਜ ਮਾਜੂਜ ਦੀ ਵਿੱਚ ਗਰਦਨ ਯਾਜੂਜ ਮਾਜੂਜ ਦੀ ਵਿੱਚ ਗਰਦਨ
ਪੈਦਾ ਕੀੜਾ ਹੀ ਕੋਏ ਖਤਰਨਾਕ ਅਸੀਂ ਅਸਮਾਨ ਦੀਆਂ ਚੋਟੀਆਂ ਤੋਂ ਇਹ ਮੈਂ ਨਾ ਆਖਣਾ ਬਾਰਿਸ਼ ਬਰੀ ਸੀ ਅਸਮਾਨ ਦੀਆਂ ਚੋਟੀਆਂ ਤੋਂ ਉਹ ਲਾਸ਼ਾਂ ਰੁੜ ਹੋਏ ਜਾ ਸਾ ਧਰਤੀ ਪਾਪ ਸੀ ਸਰਕਾਰ ਹਣੇ ਜਕੜੇ ਜਬ ਸਨ ਕਈ ਖਡਿਆਰ ਬਾਂਕੇ ਇਹ ਬੜੇ ਬੜੇ ਮੁੱਲਾਂ ਬੜੇ ਬੜੇ ਪੀਰ ਬੜੇ ਬੜੇ ਸਿਆਸੋਦਾਨ ਬੜੇ ਬੜੇ ਫਿਕਰਾਂ ਵਾਲੇ ਲੋਕ ਤਾਂ ਜਾਲ ਉਹਨਾਂ ਪਰ ਅੱਛੀ ਕਬਜ਼ਾ ਕਰਸੀ ਅਸਾਂ ਕੀ ਤਾਂ ਉਹ ਪੁੱਛਣ ਹੀ ਨਹੀਂ ਲਾ ਅਸਾਂ ਹੀ ਤਾਂ ਪਹਿਲੀਆਂ ਮਾਰਸੀ ਨਾ ਉਹ ਜਕੜੇ ਜਬ ਸਨ ਕਈ ਖਡਿਆਰ ਬਾਂਕੇ ਜਦੋਂ ਮਕਰ ਦਾ ਜਾਲ ਜਾਲ ਸਤਸੀ ਚੁੱਕ ਸੀ ਸਰ ਸਰੇ ਆਮ ਸਰ ਫੇਰ ਸਭ ਦੇ ਉਹ ਰੰਗ ਵਿੱਚੂ ਬਦਰੰਗੀ ਕੀ ਚਾਲ ਸਤਸੀ ਮੁਨਕਰ ਆਪਣੇ ਮੁਨਕਰ ਨੂੰ ਕਤਲ ਕਰਕੇ ਮੁਨਕਰ ਆਪਣੇ ਮੁਨਕਰ ਨੂੰ ਕਤਲ ਕਰਕੇ ਦਿਲ ਵਿੱਚ ਖੋਫ ਕੁਝ ਦਿਲਾ ਦੇਹ ਡਾਲ ਸੱਟ ਸੀ ਓ ਰਾਸ਼ਾ ਬਿਆ ਫੇਰੂ ਇਮਾਨ ਰੱਖਦਾ ਓ ਮਾਰ ਫਿਤਨੇ ਮੁਸੀਬਤਾਂ ਡਾਲ ਸੱਟ ਸੀ song
ਇਬਨੇ ਮਰੀਅਮ ਵੀ ਉਤਰ ਸਨ ਧਰਤੀ ਉੱਤੇ। ਇਬਨੇ ਮਰੀਅਮ ਵੀ ਉਤਰ ਸਨ ਤੱਤ ਤੇ ਤੇ ਸਲੀਬੀ ਆ ਜਾ ਸਨ ਇਸਲਾਮ ਬੱਲੇ। ਰਾਸ਼ਦ ਮਾਰ ਸਨ ਮਿਲ ਕੇ ਯਹੂਦੀਆਂ ਨੂੰ ਤੇ ਉਸੀ ਫਤਾ ਦੀ ਮੈਦੀ ਇਮਾਮ ਬੱਲੇ। ਇੱਕ ਮੱਕਾ ਮਦੀਨੇ ਨੂੰ ਛੋੜ ਕੇ ਤੇ ਉਹ ਸਾਰੀ ਦੁਨੀਆ ਵਿੱਚ ਹਾਕਮ ਸੱਚਾ ਲੋਸੀ। ਉਸਦੇ ਮੱਥੇ ਉੱਤਾਵਤਾ ਪਰ ਲਿਖਿਆ ਸੀ ਉਹ ਪਰਨਾਮਾ ਨੂੰ ਜਾਂਚ ਪੜਤਾਲੋ ਸੀ। ਤੱਕ ਕੇ ਉਸਨੂੰ ਸਿਆਣੇ ਸਿਆਣ ਲੈ ਸਨ ਤਾਂ ਪੜ ਸਨ ਮੋਮਣ ਆਪਣਾ ਦੇ ਨਾਲ ਉਸੀ। ਤੇ ਅੱਖੋ ਬਾਦਲ ਮਾ ਬੈਨ ਵਸੀਮ ਰਾਸ਼ਦ ਉਹ ਬੜੀਆਂ ਮੋਰਾਂ ਦਾ ਜੰਗੋ ਜਤਾਲ ਵਸੀ। ਹਾਂ
ਸਮਾਜ ਦੇ ਦਿਲ ਨਹੀਂ ਲੱਗਦਾ ਬਗੈਰ ਤੇਰੇ ਉਹ ਭਜਾ ਜਿੰਦਰ ਅੰਦਰ ਅਸਾਡਾ ਲਿਆਈ ਲਿਖਿਆ ਹੋਇਆ ਜਨਾਬ ਨੇ ਲਿਖਿਆ ਕਿ ਵਫਾ ਦੀ ਉਮੀਦ ਰੱਖਾ
ਵਫਾ ਉਹ ਦੁਨੀਆ ਬੇਵਫਾ ਸਾਏ ਤੇ ਵਫਾ ਰਿਜ਼ਵਾਨ ਸੱਤੀ ਸਾਹਿਬ, ਕਾਦਰ ਸੱਤੀ, ਸ਼ਹੀਦ ਸਾਹਿਬ, ਪਤੀ ਸੱਤੀ ਸਾਹਿਬ ਤੇ ਸੋਹਿਲ ਸੱਤੀ ਸਾਹਿਬ, ਇਹਨਾਂ ਯਾਦ ਵਿੱਚ ਤੇ ਰਾਜਾ ਕੋਲ ਨਵਾਜ਼ ਸਾਹਿਬ ਇਹਨਾਂ ਨੇ ਯਾਦ ਵਿੱਚ ਕਿਸ ਦੀ ਵਫਾ ਦੀ ਉਮੀਦ ਰੱਖਾ ਸਤੀ ਮਾਰੂ ਨੇ ਯਾਦ ਸ਼ੇਰ
ਸਵਾਲ ਤਰਲੇ ਲਿਖ ਕੇ ਅਰਦਾ ਸਵਾਲ ਤਰਲੇ ਰਾਜੇ ਆਦਲ ਔਰ ਆਸਮ ਸਾਹਿਬ ਨੇ ਬਜ਼ੁਰਗ ਰਾਜਾ ਬਾਬੂ ਆਨੰਦ ਸਾਹਿਬ ਉਹਨਾਂ ਨੇ ਯਾਦ ਹੀ ਇਹ ਤੁਸਾਂ ਦੋਸਤਾਂ ਨੇ ਕੁਛ ਗਾਰਾ ਪੁਰਾਣੇ ਮਹਿਫਲ ਸਾਰਾ ਨਾ ਨਾ ਕਰੀ ਸਕੇ ਸਾਰੇ ਫਰਮਾਇਸ਼ ਰਹੀ ਗਈ ਕਿਸੇ ਕਿਸਮ ਦੀ ਦਿਲ ਅਦਾਰੀ ਹੋਈ ਅੱਲਾਹ ਵਾਸਤੇ ਤੁਹਾਨੂੰ ਕੋਲੋਂ ਮਾਫ਼ੀ ਮੰਗਦੇ ਹਾਂ ਮਾਫ਼ ਕਰ ਚਲੋ ਸਾਰੇ ਤੋਂ ਬਾਅਦ ਫਿਰ ਭਾਈ ਇੱਕ ਅੱਛੇ ਸਾਹਿਬ ਪੁਰਾਣੇ ਮਹਿਫਲ ਕੋਲ ਗਲਤੀ ਕੋਤਾ ਹੋਈਦਾ ਆਓ ਲਿਆ ਕੀ ਤੁਹਾਡੀ ਨਜ਼ਰ ਖੁਸ਼ੀ ਸ਼ੇਰ ਆਉਂਦੇ ਸਰਕਾਰਾਂ
ਇੱਕ ਸ਼ੇਰ ਤੁਸੀਂ ਕੋਈ ਅਵੈਸ ਸਾਹਿਬ ਦੇ ਚਾਰ ਦਿਨ ਤੱਕ ਪੇਸ਼ ਕਰ ਸਕਦਾ ਤੇ ਉਸ ਤੋਂ ਬਾਅਦ ਇੱਕ ਸ਼ੇਰ ਖਾਨ ਸਾਹਿਬ ਪੜ੍ਹ ਸਕਦਾ ਮੈਂ ਤਾਂ ਨਿਰਾਮੀ ਸੀ।